ਮਾਈ ਭਾਈ ਫਤਿਹ ਨਾਲ ਸਾਂਝ ਕਰਵਾਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਜਦੋਂ ਵਿਚਾਰ ਦੇ ਰਹੇ ਸਨ ਤਾਂ ਉਹਨਾਂ ਨੇ ਵਾਰ ਵਾਰ ਸਾਨੂੰ ਇਸ ਪਾਸੇ ਧਿਆਨ ਦਵਾਇਆ ਸਾਡਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਘੱਟ ਬੈਠਦੇ ਹਾਂ, ਸਤਿਗੁਰੂ ਜੀ ਦੀ ਗੱਲ ਘੱਟ ਸੁਣਦੇ ਅਤੇ ਮੰਨਦੇ ਹਾਂ, ਘੱਟ ਧਿਆਨ ਦਿੰਦੇ ਹਾਂ, ਪਰ ਹੋਰ ਜਿਹੜੀਆਂ ਥਾਵਾਂ ਨੇ ਉਹਨਾਂ ਪਾਸਿਆਂ ਵੱਲ ਸਾਡਾ ਕਿੱਡਾ ਧਿਆਨ ਹੈ। ਬੇਨਤੀ ਹੈ ਮਾਈਆਂ ਬੀਬੀਆਂ ਨੂੰ ਕਿ ਇਸ ਤਰ੍ਹਾਂ ਦੇ ਸਮਾਗਮ ਰੋਜ਼ਾਨਾ ਨਹੀਂ ਹੁੰਦੇ। ਜੇ ਪ੍ਰਬੰਧਕ ਸਾਹਿਬਾਨਾਂ ਨੇ ਐਡਾ ਸੋਹਣਾ ਉਪਰਾਲਾ ਕੀਤਾ ਤਾਂ ਕਿਰਪਾ ਕਰਕੇ ਬੈਠ ਜਾਓ। ਜੇ ਅਸੀਂ ਇੰਨੀ ਦੂਰ ਲੁਧਿਆਣੇ ਤੋਂ ਇੱਥੇ ਆਏ ਹਾਂ, ਤੁਸੀਂ ਤਾਂ ਇੱਥੇ ਹੀ ਰਹਿਣਾ ਹੈ, ਤੁਹਾਨੂੰ ਕੋਈ ਬਹੁਤਾ ਸਮਾਂ ਨਹੀਂ ਲੱਗਣਾ ਘਰ ਜਾਂਦੇ ਹੋਏ। ਹਾਂ, ਜੇ ਕਿਸੇ ਦੀ ਖਾਸ ਮਜਬੂਰੀ ਹੈ ਤਾਂ ਉਹ ਜਾ ਸਕਦਾ, ਬਹੁਤੀ ਕੋਈ ਗੱਲ ਨਹੀਂ, ਕੋਈ 10-15 ਮਿੰਟ ਹੋਰ ਨੇ ਅਤੇ ਦੀਵਾਨ ਦੀ ਸਮਾਪਤੀ ਕਰ ਦੇਣੀ ਹੈ। ਪਰ ਆਹ ਜਿਹੜਾ ਕੁਝ ਸਮਾਂ 10-15 ਮਿੰਟ ਦਾ, ਇਹ ਤੁਹਾਡੇ ਵਾਸਤੇ ਹੈ, ਬਹੁਤ ਕੀਮਤੀ ਵਕਤ ਹੈ, ਕਿਉਂਕਿ ਜਿਹੜੇ ਤੁਹਾਡੇ ਮਨ ਦੇ ਸਵਾਲ ਨੇ ਉਹਨਾਂ ਦੇ ਉੱਤੇ ਇੱਥੇ ਵਿਚਾਰ ਕੀਤੀ ਜਾਣੀ, ਉਹਨਾਂ ਦੇ ਜਵਾਬ ਇੱਥੋਂ ਆਪ ਜੀ ਨੂੰ ਮਿਲਣੇ ਹੈ। ਇਸ ਕਰਕੇ ਬੇਨਤੀ ਹੈ, ਕਿਰਪਾ ਕਰਕੇ ਥੋੜ੍ਹਾ ਜਿਹਾ ਸਮਾਂ ਹੋਰ ਬੈਠ ਜਾਓ। ਮੈਂ ਬੇਨਤੀ ਕਰ ਰਿਹਾ ਸੀ ਕਿ ਭਾਈ ਸਾਹਿਬ ਕਹਿ ਰਹੇ ਸਨ ਕਿ ਕੋਈ ਲਾਲਾਂ ਵਾਲੇ ਕੋਲ ਜਾ ਰਿਹਾ, ਕੋਈ ਲੱਖਾਂ ਵਾਲੇ ਕੋਲ ਜਾ ਰਿਹਾ, ਕੋਈ ਧਾਗੇ ਤਵੀਤਾਂ ਵਾਲੇ ਕੋਲ ਜਾ ਰਿਹਾ, ਕੋਈ ਮੜੀਆਂ ਕਬਰਾਂ 'ਤੇ ਜਾ ਕੇ ਅਤੇ ਮੱਥੇ ਟੇਕ ਰਿਹਾ, ਕੋਈ ਪਹਾੜਾਂ ਵੱਲ ਨੂੰ ਦੌੜਿਆ ਹੋਇਆ, ਕੋਈ ਦੇਵੀ ਦੇ ਮੱਥੇ ਟੇਕ ਰਿਹਾ ਜਾ ਕੇ, ਕੋਈ ਵਡਭਾਗ ਸਿੰਘ ਦਾ ਪ੍ਰੇਮੀ ਬਣਿਆ ਹੋਇਆ। ਇਤਿਹਾਸ ਦੇ ਅੰਦਰ ਦੋ ਥਾਵਾਂ ਨੇ, ਫਤਿਹਗੜ੍ਹ ਸਾਹਿਬ ਅਤੇ ਚਮਕੌਰ ਸਾਹਿਬ। ਇਹਨਾਂ ਦੋ ਜਗ੍ਹਾ ਵਾਸਤੇ ਅੱਲਾ ਯਾਰ ਖਾਂ ਜੋਗੀ ਨੇ ਦੋ ਲਫ਼ਜ਼ ਲਿਖੇ ਨੇ, ਕਹਿੰਦਾ ਹੈ, ਬਸ ਹਿੰਦ ਮੈਂ ਏਕ ਤੀਰਥ ਹੈ ਯਾਤਰਾ ਕੇ ਲੀਏ, ਕਟਵਾਏ ਬਾਪ ਨੇ ਬੱਚੇ ਯਹਾਂ ਖੁਦਾ ਕੇ ਲੀਏ। ਇੱਕ ਉਹਨੇ ਅੱਗੇ ਜਾ ਕੇ ਹੋਰ ਗੱਲ ਬੜੀ ਕੀਮਤੀ ਕਹੀ ਸਾਡੇ ਵਾਸਤੇ ਜਿਹੜੇ ਅਸੀਂ ਇੱਧਰ ਉੱਧਰ ਭਟਕਦੇ ਫਿਰਦੇ ਹਾਂ। ਕਹਿੰਦਾ, ਭਟਕਦੇ ਫਿਰਤੇ ਹੈ ਕਿਉਂ, ਹੱਜ ਕਰੇ ਯਹਾਂ ਆਕਰ, ਯੇ ਕਾਬਾ ਹੈ ਪਾਸ ਹਰ ਇੱਕ ਖਾਲਸਾ ਕੇ ਲੀਏ। ਅਸੀਂ ਐਵੇਂ ਉੱਧਰ ਉੱਧਰ ਮੱਥੇ ਟੇਕੀ ਜਾਂਦੇ ਹਾਂ, ਐਵੇਂ ਭਟਕਦੇ ਫਿਰਦੇ ਹਾਂ, ਠੋਕਰਾਂ ਖਾ ਰਹੇ ਹਾਂ। ਜੇ ਜਾ ਕੇ ਵਾਕਿਆ ਹੀ ਸਿਜਦਾ ਕਰਨਾ ਹੈ, ਸਿਰ ਨਵਾਉਣਾ ਹੈ, ਤਾਂ ਉਹ ਫਤਿਹਗੜ੍ਹ ਸਾਹਿਬ ਅਤੇ ਚਮਕੌਰ ਸਾਹਿਬ ਦੀ ਗੜੀ ਜਿਹੜੀ ਹੈ ਉੱਥੇ ਜਾ ਕੇ ਸਾਨੂੰ ਸਿਜਦਾ ਕਰਨਾ ਚਾਹੀਦਾ ਹੈ, ਕਿਉਂਕਿ ਉਹਨਾਂ ਸਾਹਿਬਜ਼ਾਦਿਆਂ ਦੀ ਬਦੌਲਤ ਉਹਨਾਂ ਨੇ ਆਪਣੇ ਖੂਨ ਦਾ ਇੱਕ ਇੱਕ ਕਤਰਾ ਵਹਾ ਕੇ ਸਾਡੇ ਵਾਸਤੇ ਇਹ ਜਿਹੜੀ ਆਜ਼ਾਦੀ ਅਤੇ ਸਰਦਾਰੀ ਬਖਸ਼ਿਸ਼ ਕੀਤੀ ਹੈ। ਬਹੁਤ ਧੰਨਵਾਦ ਹੈ ਭਾਈ ਹਰਜਿੰਦਰ ਸਿੰਘ ਸਵਰਾਜ ਜੀ ਦਾ, ਜਿਨ੍ਹਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਸਤਿਗੁਰੂ ਜੀ ਦੇ ਅਮੋਲਕ ਬਚਨਾਂ ਦੀ ਵਿਚਾਰ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ। ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਗਈ ਹੈ ਕਿ ਹੁਣ ਕੁਝ ਸਮਾਂ ਸਵਾਲ ਜਵਾਬ ਵਾਸਤੇ ਰੱਖਿਆ ਗਿਆ ਹੈ, ਸ਼ਾਇਦ ਆਪ ਜੀ ਨੇ ਪਹਿਲਾਂ ਇਸ ਤਰ੍ਹਾਂ ਕਦੇ ਨਾ ਦੇਖਿਆ ਹੋਵੇ ਕਿ ਸੰਗਤੀ ਰੂਪ ਦੇ ਵਿੱਚ ਜਿਹੜੇ ਬੁਲਾਰੇ ਆਉਂਦੇ ਨੇ ਉਹ ਸਵਾਲਾਂ ਦੇ ਜਵਾਬ ਵੀ ਦਿੰਦੇ ਹੋਣ। ਆਮ ਤੌਰ 'ਤੇ ਕੀ ਹੁੰਦਾ ਹੈ ਕਿ ਜਦੋਂ ਕਿਸੇ ਕੋਲੋਂ ਅਸੀਂ ਬਾਬਾ ਜੀ ਦੇ ਕੋਲੋਂ ਪੁੱਛੀਏ ਕਿ ਆਹ ਗੱਲ ਕਿਵੇਂ ਹੈ, ਜਾਂ ਤਾਂ ਉਹ ਸਾਨੂੰ ਇਹੋ ਜਿਹੇ ਫਾਰਮੂਲੇ ਦੱਸ ਕੇ ਜਾਂਦੇ ਨੇ ਕਿ ਸਾਰਾ ਟੱਬਰ ਕਮਲਾ ਹੋਇਆ ਰਹਿੰਦਾ ਹੈ, ਵੀ ਸਵੇਰੇ ਤੁਸੀਂ 1 ਵਜੇ ਰਾਤ ਉੱਠ ਕੇ ਅਤੇ ਕਿ ਸ਼ੀਸ਼ ਇਸ਼ਨਾਨ ਕਰਕੇ ਇਸ ਤਰ੍ਹਾਂ ਅੱਖਾਂ ਬੰਦ ਕਰਨੀਆਂ, ਇਸ ਤਰ੍ਹਾਂ ਸਵਾਸ ਲੈਣੇ, ਆਹ ਕੰਮ ਕਰਨੇ ਆ, ਸਾਰੇ ਟੱਬਰ ਨੂੰ ਉਹ ਕਮਲਿਆਂ ਕਰਕੇ ਚਲੇ ਜਾਂਦਾ, ਲੁੱਟ ਸੁੱਟ ਕਰ ਲੈਂਦਾ। ਜਾਂ ਇਹ ਕਿਹਾ ਜਾਂਦਾ ਹੈ ਕਿ ਇਹੋ ਜਿਹੇ ਸਵਾਲ ਅਜੇ ਤੁਸੀਂ ਨਹੀਂ ਕਰ ਸਕਦੇ, ਅਜੇ ਤੁਹਾਡੀ ਅਵਸਥਾ ਨਹੀਂ ਬਣੀ, ਅਜੇ ਜਪ ਤਪ ਕਰੋ, ਅਜੇ ਸਿਮਰਨ ਸੇਵਾ ਕਰੋ ਅਤੇ ਫਿਰ ਇਹੋ ਜਿਹੀਆਂ ਗੱਲਾਂ ਕਰਿਆ ਕਰੋ। ਪਰ ਇਹੋ ਜਿਹੀਆਂ ਗੱਲਾਂ ਜੇਕਰ ਅਸੀਂ ਸਤਿਗੁਰੂ ਜੀ ਦੇ ਹਜ਼ੂਰ ਨਹੀਂ ਵਿਚਾਰਾਂਗੇ ਤਾਂ ਹੋਰ ਕਦੋਂ ਵਿਚਾਰਾਂਗੇ। ਇਸ ਵਾਸਤੇ ਇਹ ਥੋੜ੍ਹਾ ਜਿਹਾ ਸਮਾਂ ਰੱਖਿਆ ਗਿਆ।
ਕਿ ਆਪ ਜੀ ਦੇ ਮਨ ਵਿੱਚ ਗੁਰਬਾਣੀ, ਇਤਿਹਾਸ ਜਾਂ ਮਰਜ਼ਾਦਾ ਪ੍ਰਤੀ ਕੋਈ ਸਵਾਲ, ਕੋਈ ਸ਼ੰਕਾ ਆਪ ਜੀ ਦੇ ਮਨ ਵਿੱਚ ਹੋਵੇ, ਆਪ ਜੀ ਸਾਨੂੰ ਇੱਥੇ ਨੋਟ ਕਰਵਾ ਸਕਦੇ ਹੋ ਜਾਂ ਆਪ ਜੀ ਹੱਥ ਖੜਾ ਕਰ ਦਿਓ। ਯਤਨ ਕਰਾਂਗੇ ਕਿ ਆਪ ਜੀ ਤੱਕ ਪਹੁੰਚ ਕਰਕੇ ਜਿਹੜਾ ਸਵਾਲ ਹੈ ਉਹ ਨੋਟ ਕਰ ਲਿਆ ਜਾਵੇ ਅਤੇ ਇੱਥੇ ਵਿਚਾਰ ਪੇਸ਼ ਕਰਨ ਵਾਸਤੇ ਮੈਂ ਸੱਦਾ ਦਿੰਦਾ ਹਾਂ ਸਤਿਕਾਰਯੋਗ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਅਤੇ ਵੀਰ ਸੁਖਵਿੰਦਰ ਸਿੰਘ ਜੀ ਦਦੇਹਰ। ਇਹ ਸੰਗਤਾਂ ਵੱਲੋਂ ਆਏ ਹੋਏ ਸ਼ੰਕੇ ਅਤੇ ਸਵਾਲਾਂ ਦੇ ਉੱਪਰ ਇੱਥੇ ਗੁਰਬਾਣੀ ਔਰ ਸਿੱਖ ਰਹਿਤ ਮਰਜ਼ਾਦਾ ਨੂੰ ਸਨਮੁੱਖ ਰੱਖਦਿਆਂ ਹੋਇਆਂ ਵਿਚਾਰ ਪੇਸ਼ ਕਰਨਗੇ ਜੀ। ਰਾਤ ਦੇ ਦੀਵਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਪਿੰਡ ਮਨੈਲਾ ਵਿਖੇ ਸਨ, ਉੱਥੇ ਵੀ ਇਸੇ ਤਰ੍ਹਾਂ ਸਵਾਲ ਜਵਾਬ ਹੋਏ। ਉਹਨਾਂ ਸਵਾਲਾਂ ਦੇ ਵਿੱਚੋਂ ਮੈਂ ਇੱਕ ਸਵਾਲ ਇੱਥੇ ਰੱਖ ਦਿੰਦਾ ਹਾਂ ਅਤੇ ਬਾਕੀ ਜਿੰਨੇ ਸਵਾਲ ਹੋਣਗੇ ਉਹ ਸਥਾਨਕ ਸੰਗਤ ਦੇ ਹੋਣੇ ਚਾਹੀਦੇ ਨੇ। ਸਾਡੇ ਕੋਲ ਸਵਾਲ ਅਜੇ ਬਕਾਇਆ ਬਹੁਤ ਨੇ ਪਰ ਮੈਂ ਇੱਕ ਸਵਾਲ ਕੇਵਲ ਰੱਖ ਦਿੰਦਾ ਹਾਂ। ਪਹਿਲਾ ਸਵਾਲ ਗਿਆਨੀ ਜੀ ਹੋਣਾ ਵਾਸਤੇ ਹੈ, ਕਿਉਂਕਿ ਪਿੰਡਾਂ ਦੇ ਵਿੱਚ ਅਖੰਡ ਪਾਠ ਸਾਹਿਬ ਬਹੁਤ ਜ਼ਿਆਦਾ ਅਸੀਂ ਰਖਵਾਉਂਦੇ ਹਾਂ, ਕਈ ਗੁਰਦੁਆਰਿਆਂ ਦੇ ਅੰਦਰ ਬਹੁਤ ਸਾਰੀਆਂ ਲੜੀਆਂ ਚੱਲ ਰਹੀਆਂ ਹਨ, ਕਿਰਪਾ ਕਰਕੇ ਦੱਸਿਆ ਜਾਵੇ, ਕਿਉਂਕਿ ਰਾਤੀਂ ਇਹ ਸਵਾਲ ਆਇਆ ਸੀ ਉੱਥੇ ਹੋਰ ਸਵਾਲ ਵਿਚਾਰੇ ਗਏ। ਇਹ ਰਹਿ ਗਿਆ ਸੀ ਕਿ ਅਖੰਡ ਪਾਠ ਸਾਹਿਬ ਦੀ ਮਰਿਆਦਾ ਕਦੋਂ ਆਰੰਭ ਹੋਈ ਅਤੇ ਸਾਨੂੰ ਕਿਵੇਂ ਅਖੰਡ ਪਾਠ ਸਾਹਿਬ ਕਰਵਾਉਣਾ ਚਾਹੀਦਾ ਜਾਂ ਸੁਣਨਾ ਚਾਹੀਦਾ ਹੈ, ਔਰ ਜਿਹੜੇ ਦਸ ਦਸ ਵੀਹ ਵੀਹ ਅਖੰਡ ਪਾਠ ਇੱਕੇ ਜਗ੍ਹਾ 'ਤੇ ਹੋ ਰਹੇ ਨੇ ਕੀ ਇਹ ਗੁਰਮਤਿ ਅਨੁਸਾਰੀ ਹੈ, ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਜੀ। ਔਰ ਜਿੰਨੀ ਦੇਰ ਤੱਕ ਗਿਆਨੀ ਜੀ ਵਿਚਾਰ ਪੇਸ਼ ਕਰਦੇ ਨੇ ਆਪ ਜੀ ਆਪਣੇ ਸਵਾਲ ਸਾਨੂੰ ਨੋਟ ਕਰਵਾ ਸਕਦੇ ਹੋ। ਗੁਰੂ ਪਿਆਰਿਓ, ਅਖੰਡ ਪਾਠ ਸਾਹਿਬ ਦੀ ਮਰਿਆਦਾ ਕਦੋਂ ਸ਼ੁਰੂ ਹੋਈ? ਜਦੋਂ ਛਾਪਾਖਾਨਾ ਨਹੀਂ ਸੀ ਅਤੇ ਹੱਥ ਨਾਲ ਸਤਿਗੁਰਾਂ ਦੀ ਬਾਣੀ ਲਿਖੀ ਜਾਂਦੀ ਸੀ ਅਤੇ ਗ੍ਰੰਥ ਦਾ ਅਰਥ ਹੈ ਗੁੰਦਿਆ ਹੋਇਆ, ਇੱਕ ਪੇਪਰਾਂ ਦੀ ਦੱਥੀ ਬਣਾ ਲੈਣੀ, ਉਹਨੂੰ ਲਿਖ ਲੈਣਾ ਅਤੇ ਮੁੜ ਕੇ ਦੱਥੀ ਨੂੰ ਇਕੱਠਿਆਂ ਜੋੜ ਲੈਣਾ, ਉਹਦਾ ਨਾਮ ਬਣਿਆ ਗ੍ਰੰਥ ਅਤੇ ਗ੍ਰੰਥ ਦੇ ਨਾਲ ਲੱਗ ਗਿਆ ਗੁਰੂ, ਭਾਵ ਇਸ ਗ੍ਰੰਥ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਅਤੇ ਗੁਰੂ ਪਿਆਰੇ, ਹੱਥ ਲਿਖਤ ਬੀੜ ਇੱਕ ਹੁੰਦੀ ਸੀ ਅਤੇ ਸਿੰਘ ਘੋੜਿਆਂ ਦੀਆਂ ਕਾਠੀਆਂ ਦੇ ਜੰਗਲਾਂ ਵਿੱਚ ਰਹਿੰਦੇ ਸੀ, ਜਿਵੇਂ ਤੁਹਾਡੇ ਲਾਗੇ ਕੋਪਰ ਹੀੜ ਵਿੱਚ 35,000 ਦੇ ਕਰੀਬ ਸਿੰਘ ਸਿੰਘਣੀਆਂ ਸ਼ਹੀਦ ਹੋਏ, ਇਹ ਹਾਲਾਤ ਸੀ ਉਦੋਂ। ਇਹਨਾਂ ਹਾਲਾਤਾਂ ਦੇ ਵਿੱਚ ਹਰ ਮਾਈ ਭਾਈ ਨੇ ਪਾਠ ਕਰਨਾ ਹੁੰਦਾ ਸੀ ਅਤੇ ਇਹ ਕਹਿਣਾ ਸਾਰਿਆਂ ਨੇ ਵੀ ਰਲ ਕੇ ਪਾਠ ਪੜ੍ਹ ਲਈਏ, ਨਾਲੇ ਸਾਡੀ ਹਾਜ਼ਰੀ ਲੱਗ ਜਾਏਗੀ, ਨਾਲੇ ਸਾਰੀ ਬਾਣੀ ਪੜ੍ਹੀ ਜਾਏਗੀ। ਇਸ ਤਰ੍ਹਾਂ ਜੰਗਲਾਂ ਵਿੱਚ ਰਹਿੰਦਿਆਂ ਘੱਲੂ ਘਾਰਿਆਂ ਕਰਦਿਆਂ ਹੋਇਆਂ ਅਤੇ ਤੰਬੂ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲੈਣਾ ਗੁਰੂ ਪਿਆਰਿਓ, ਉੱਥੇ ਸਾਰਿਆਂ ਰਲ ਕੇ ਪਾਠ ਪੜ੍ਹ ਲੈਣਾ, ਇਹਨੂੰ ਇੱਥੋਂ ਜਿਹੜੀ ਆ ਮਰਿਆਦਾ ਅਖੰਡ ਪਾਠ ਸਾਹਿਬ ਦੀ ਚੱਲ ਗਈ। ਰਹਿਤ ਮਰਿਆਦਾ ਵਿੱਚ ਲਿਖਿਆ ਹੈ ਕਿ ਹਰ ਗੁਰਸਿੱਖ ਮਾਈ ਭਾਈ ਗੁਰਮੁਖੀ ਅੱਖਰ ਸਿੱਖ ਕੇ ਅਤੇ ਸਹਿਜ ਪਾਠ ਆਪਣਾ ਜਾਰੀ ਰੱਖੀ, ਪਰ ਮੈਂ ਜਿਵੇਂ ਆਪਣੇ ਵਿਚਾਰਾਂ ਵਿੱਚ ਵੀ ਬੇਨਤੀ ਕੀਤੀ ਸੀ ਕਿ ਕਿੰਨੇ ਕੁ ਪਰਿਵਾਰ ਹਾਂ ਜਿਨ੍ਹਾਂ ਦੇ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਰਥ ਸੈਂਚੀਆਂ ਜਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਦਰਪਣ ਹੋਵੇ ਜਿਹਦੇ ਤੋਂ ਆਪਾਂ ਪਾਠ ਕੀਤਾ ਹੋਵੇ, ਆਪਾਂ ਕੀਤਾ ਨਹੀਂ। ਹੁਣ ਸਾਨੂੰ ਕੀ ਕਰਨਾ ਚਾਹੀਦਾ? ਜਦੋਂ ਵੀ ਸਾਡੇ ਘਰ ਦੇ ਅੰਦਰ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਜਾਂ ਜਦੋਂ ਵੀ ਹੋਵੇ, ਉਦੋਂ ਸਾਨੂੰ ਸਾਰੇ ਪਰਿਵਾਰ ਨੂੰ ਮਿੱਤਰਾਂ ਦੋਸਤਾਂ ਰਲ ਕੇ ਆਪ ਬਾਣੀ ਪੜ੍ਹਨੀ ਚਾਹੀਦੀ ਹੈ। ਹੁਣ ਜਿਸ ਤਰ੍ਹਾਂ ਸਾਰਾ ਕੰਮ ਝੋਨਾ ਲਵਾਉਣਾ ਠੇਕੇ ਦੇ, ਝੋਨਾ ਕਟਾਉਣਾ ਠੇਕੇ ਦੇ, ਕਣਕ ਕਟਾਉਣੀ ਠੇਕੇ ਦੇ, ਮਕਾਨ ਬਣਾਉਣਾ ਠੇਕੇ ਦੇ, ਇੱਦਾਂ ਸਿੱਖੀ ਦੇ ਵਿੱਚ ਅਖੰਡ ਪਾਠ ਵੀ ਠੇਕੇ ਦੇ ਚੱਲ ਪਿਆ, ਇੰਨੀ ਕੁ ਭੇਟਾ ਹੋਏਗੀ, ਇੰਨੇ ਕੁ ਬੰਦੇ ਹੋਣਗੇ। ਹੁਣ ਠੇਕੇ ਤੋਂ ਗਾਂਹ ਚੱਲ ਪਈ ਜਿਨ੍ਹਾਂ ਨੂੰ ਬਾਣੀ ਕੋਈ ਨਹੀਂ ਆਉਂਦੀ, ਪੜ੍ਹਨੀ ਮਾਫ਼ ਕਰਿਓ, ਸਾਰੇ ਇੱਕ ਸਾਲ ਨਹੀਂ ਹੈਗੇ, ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੂੰ ਬਾਣੀ ਆਉਂਦੀ ਨਹੀਂ।
ਉਹਨਾਂ ਨੂੰ ਬਾਣੀ ਆਉਂਦੀ ਨਹੀਂ, ਉਹਨਾਂ ਨੇ ਕੀ ਕਰ ਲਿਆ, ਮੂੰਹ ਬੰਨ ਕੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਾ ਮਾਲਕਾ ਸੰਗਤ ਦੇ ਕੰਨੀ ਕੋਈ ਵੀ ਤੁਕ ਨਾ ਪਵੇ। ਅਸੀਂ ਕਹਿਣਾ ਸ਼ੁਰੂ ਕਰਤਾ ਬੱਲੇ ਬੱਲੇ ਕਿੱਡਾ ਸੋਧ ਦਾ ਪਾਠ ਕੀਤਾ ਵੀ ਨਾ ਮੂੰਹ ਬੰਨ ਕੇ ਇਹਨੂੰ ਤੁਕ ਤਾਂ ਨਾ ਸੁਣਾਈ ਕੋਈ ਨਹੀਂ। ਇਸ ਵਾਸਤੇ ਹੁਣ ਕਈਆਂ ਗੁਰਦੁਆਰਿਆਂ ਵਿੱਚ 100-100 ਅਖੰਡ ਪਾਠ ਵੀ ਇਕੱਠਾ ਰੱਖਿਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਮਨਮਤ ਹੈ। ਗੁਰੂ ਪਿਆਰਿਓ ਖਿਆਲ ਕਰਿਓ, ਸਾਰਾ ਅਖੰਡ ਪਾਠ ਕਰਾਉਣ ਤੋਂ ਬਾਅਦ ਵੀ ਸਾਨੂੰ ਅਕਲ ਨਹੀਂ ਆ ਸਕਦੀ। ਸਤਿਗੁਰਾਂ ਨੇ ਬਾਣੀ ਦਾ ਵਿਚਾਰ ਬੜਾ ਪਿਆਰਾ ਦੇ ਰਹੀ ਹੈ ਕਿ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਬਹੁੜ। ਇੱਕ ਸ਼ਬਦ ਵੀ ਧਿਆਨ ਨਾਲ ਸੁਣਿਆ ਜਾਵੇ ਸਾਡਾ ਜੀਵਨ ਜਿਹੜਾ ਉਹ ਬਦਲਿਆ ਜਾ ਸਕਦਾ, ਜੀਵਨ ਬਦਲਣ ਦੇ ਸਮਰੱਥ ਹੈ ਇੱਕ ਸ਼ਬਦ ਵੀ। ਇਸ ਵਾਸਤੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਜਿਹੜੀਆਂ ਲੜੀਆਂ ਚੱਲ ਪਈਆਂ ਨੇ ਗੁਰੂ ਪਿਆਰੇ, ਉਹ ਲੜੀਆਂ ਤੋਂ ਅਗਾਂਹ ਕੰਮ ਚੱਲ ਪਿਆ। ਹੁਣ ਸੰਪਟ ਪਾਠ ਵੀ ਚੱਲ ਪਿਆ, ਜਿੱਥੇ ਨਾਨਕ ਦਾ ਸ਼ਬਦ ਆਵੇ ਉੱਥੇ ਨਾਲ ਕੋਈ ਸ਼ਬਦ ਲਾ ਕੇ ਪੜ੍ਹਿਆ ਜਾ ਰਿਹਾ ਹੈ, ਉਹਦੀ ਭੇਟਾ ਵੀ ਵੱਖਰੀ ਆ। ਆਪਾਂ ਸਮਝਦੇ ਸ਼ਾਇਦ ਅਖੰਡ ਪਾਠ ਕਰਾਉਣ ਦੇ ਨਾਲ ਨਾਲ ਵੀ ਸਾਡੀਆਂ ਸਾਰੇ ਪਰਿਵਾਰ ਸੁੱਖ ਸ਼ਾਂਤੀ ਆ ਜਾਣੀ ਆ। ਇਸ ਤਰ੍ਹਾਂ ਅਖੰਡ ਪਾਠ ਕਰਾਉਣ ਦੇ ਨਾਲ ਗੁਰੂ ਪਿਆਰੇ ਸੁੱਖ ਸ਼ਾਂਤੀ ਨਹੀਂ ਆ ਸਕਦੀ, ਇੱਕ ਉਤਸ਼ਾਹ ਜਿਹਾ ਬਣਦਾ। ਸੁੱਖ ਸ਼ਾਂਤੀ ਤਾਂ ਹੀ ਆ ਸਕਦੀ ਜਦੋਂ ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਵਿਚਾਰ ਤੋਂ ਬਿਨਾਂ ਗੁਰੂ ਪਿਆਰੇ ਪਰਿਵਾਰਾਂ ਦਾ ਕਲਿਆਣ ਨਹੀਂ ਹੋਣਾ। ਬਹੁਤ ਸਾਰੀਆਂ ਮਨਮਤ ਜਿਹੜੀਆਂ ਵੀ ਇਹ ਡੇਰੇ ਵਾਲਿਆਂ ਚਲਾਤੀਆਂ ਨੇ, ਹੁਣ ਪਾਠਾਂ ਦੀਆਂ ਕਿਸਮਾਂ ਬਣ ਗਈਆਂ। ਕਿਤੇ ਚੁੱਪ ਗੜੁੱਪ ਪਾਠ ਆ ਜਿਹੜਾ ਮੂੰਹ ਬਣ ਗਏ, ਚੁੱਪ ਗੜੁੱਪ ਹੀ ਪਾਠ ਆ ਨਾ, ਕਿਤੇ ਸਮਝ ਨਹੀਂ ਆਉਂਦੀ। ਕਿਤੇ ਸਿਰ ਫੇਰ ਪਾਠ ਆ, ਕਿਤੇ ਗੁਣਗਣਾ ਪਾਠ ਆ, ਫਿਰ ਤੁਕ ਸੁਣਨ ਬੈਠਦੇ ਉਹਨਾਂ ਦਾ ਭਾਈ ਉਦੋਂ ਹੀ ਬੋਲਦਾ ਜਦੋਂ ਕਿ ਨਾਨਕ ਨਾਮ ਆਉਂਦਾ ਜਿਹੜਾ ਮਹੱਲਾ ਆ ਜਾਂਦਾ। ਇਸ ਵਾਸਤੇ ਗੁਰੂ ਪਿਆਰੇ ਸਾਨੂੰ ਧਿਆਨ ਦੇਣ ਦੀ ਲੋੜ ਆ। ਬਾਰ ਬਾਰ ਬੇਨਤੀ ਕਰਦੇ ਬਾਹਰ ਲਿਟਰੇਚਰ ਦਾ ਸਟਾਲ ਲੱਗਿਆ ਜੇ, ਜ਼ਰੂਰ ਇੱਕ ਇੱਕ ਪੁਸਤਕ ਲੈ ਕੇ ਜਾਇਓ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਧਰਮ ਦੇ ਨਾਂ 'ਤੇ ਕਿਹੜੇ ਕਿਹੜੇ ਕਰਮ ਕਾਂਡ ਹੋ ਰਹੇ ਨੇ। ਸੰਗਤ ਦੇ ਵਿੱਚੋਂ ਕੇਵਲ ਇੱਕ ਸਵਾਲ ਆਇਆ, ਜੇ ਤਾਂ ਹੋਰ ਸਵਾਲ ਆਉਣਗੇ ਤਾਂ ਵਿਚਾਰਾਂ ਇੱਥੇ ਪੇਸ਼ ਕੀਤੀਆਂ ਜਾਣਗੀਆਂ, ਨਹੀਂ ਤਾਂ ਸੰਗਤ ਦਾ ਧੰਨਵਾਦ ਕਰਕੇ ਅਤੇ ਸਮਾਪਤੀ ਹੋ ਜਾਣੀ। ਇਸ ਕਰਕੇ ਬੇਨਤੀ ਹੈ ਕਿ ਇਹ ਮੌਕਾ ਹੈ ਆਪਦੀ ਪਾਸ, ਆਪਦੀ ਗਾਹੇ ਬਗਾਹੇ ਅੱਗੇ ਪੁੱਛਦੇ ਗਿੱਛਦੇ ਰਹਿੰਦੇ ਹੋ, ਤਾਂ ਇਹ ਸਮਾਂ ਵਿਸ਼ੇਸ਼ ਤੌਰ 'ਤੇ ਸੰਗਤ ਵਾਸਤੇ ਰੱਖਿਆ ਗਿਆ ਸੀ। ਬੀਬੀਆਂ ਭੈਣਾਂ ਨੂੰ ਵੀ ਬੇਨਤੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਸਵਾਲ ਹੋਵੇ ਤਾਂ ਉਹ ਇੱਥੇ ਵਿਚਾਰਿਆ ਜਾ ਸਕਦਾ। ਅਗਲਾ ਸਵਾਲ ਭਾਈ ਸੁਖਵਿੰਦਰ ਸਿੰਘ ਹੋਣਾ ਵਾਸਤੇ ਹੈ। ਵੀਰ ਜੀ ਪੁੱਛਦੇ ਨੇ ਕਿ ਜਿਹੜੇ ਇਤਿਹਾਸਕ ਸਥਾਨ ਹਨ ਗੁਰੂ ਸਾਹਿਬਾਨਾਂ ਨਾਲ ਸੰਬੰਧਿਤ, ਕਈ ਵਾਰ ਉੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਜਾਂ ਸਤਿਗੁਰੂ ਜੀ ਕਿਸ ਜਗ੍ਹਾ 'ਤੇ ਬਿਰਾਜਮਾਨ ਹੋਏ ਹਨ, ਉਹ ਵੀ ਉੱਥੇ ਜਗ੍ਹਾ ਹੁੰਦੀ ਹੈ, ਤਾਂ ਕੀ ਉਹਨਾਂ ਥਾਵਾਂ ਨੂੰ ਵੀ ਮੱਥਾ ਟੇਕਣਾ ਚਾਹੀਦਾ? ਮੈਂ ਥੋੜ੍ਹਾ ਜਿਹਾ ਹੋਰ ਨਾਲ ਵਿਸਤਾਰ ਦੇ ਦਿੰਦਾ ਹਾਂ ਕਿ ਕਈ ਥਾਈਂ ਸਤਿਗੁਰੂ ਜੀ ਨੇ ਕਿਸੇ ਕਿਲੇ ਦੇ ਨਾਲ ਜਾਂ ਕਿਸੇ ਦਰਖਤ ਨਾਲ, ਜੰਡ ਨਾਲ, ਬੇਰੀ ਨਾਲ ਕਿਤੇ ਘੋੜੇ ਨੂੰ ਬੰਨਿਆ ਹੁੰਦਾ, ਤਾਂ ਕੀ ਸਾਨੂੰ ਉਸ ਦਰਖਤ ਨੂੰ ਵੀ ਮੱਥਾ ਟੇਕਣਾ ਚਾਹੀਦਾ ਕਿ ਨਹੀਂ? ਜੀ ਬੇਨਤੀ ਹੈ, ਜੇਕਰ ਕੋਈ ਸਵਾਲ ਹੋਵੇ ਆਪ ਜੀ ਹੱਥ ਖੜਾ ਕਰ ਸਕਦੇ ਹੋ। ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਵਾਲ ਜਿਹੜਾ ਆਪ ਸੰਗਤ ਵਿੱਚੋਂ ਆਇਆ ਹੈ, ਇਹਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਆਪ ਸੰਗਤ ਪਾਸੋਂ ਇੱਕ ਗੱਲ ਦੀ ਸੂਚਨਾ ਦਿੰਦਿਆਂ ਹੋਇਆਂ ਖਿਮਾ ਵੀ ਮੰਗਦਾ ਹਾਂ ਕਿ ਇਸ ਸਮਾਗਮ ਵਿੱਚ ਤੁਹਾਡੇ ਪ੍ਰਬੰਧਕ ਵੀਰ ਸਾਡੇ ਕੋਲ ਕਾਲਜ ਪਹੁੰਚੇ ਸਨ ਔਰ ਬੜੇ ਉਤਸ਼ਾਹ ਨਾਲ ਇਸ ਮਿੱਥੇ ਹੋਏ ਦਿਨ ਨੂੰ
ਸਨਮੁਖ ਰੱਖਦਿਆਂ ਹੋਇਆ ਉਹਨਾਂ ਨੇ ਤਿਆਰੀ ਕੀਤੀ। ਆਪ ਸੰਗਤ ਵੀ ਦੂਰਾਂ ਦਰਾਡਿਆਂ ਤੋਂ ਆਏ ਔਰ ਕੁਝ ਵੀਰ ਥੋੜ੍ਹਾ ਬਹੁਤਾ ਇੱਧਰ ਉੱਧਰ ਦੇਖ ਰਹੇ ਸੀ ਔਰ ਕੁਝ ਨੇ ਪੁੱਛਣ ਦਾ ਯਤਨ ਵੀ ਕੀਤਾ ਕਿ ਧੁੰਦਾ ਜੀ ਨੇ ਆਉਣਾ ਸੀ ਲੇਕਿਨ ਉਹ ਕਿਉਂ ਨਹੀਂ ਆਏ। ਉਹਦਾ ਕਾਰਨ ਹੈ ਕਿ ਅੱਜ ਦੁਪਹਿਰ ਤੋਂ ਬਾਅਦ ਜਿਵੇਂ ਸਿੱਖੀ ਲਹਿਰ ਦੀ ਟੀਮ ਪਿੰਡਾਂ ਵਿੱਚ ਵਿਚਰਦੀ ਹੈ, ਇਵੇਂ ਸਾਡੀਆਂ 4-5 ਟੀਮਾਂ ਬਾਕੀ ਜਿਨ੍ਹਾਂ ਵਿੱਚ ਸਾਡੇ ਵਿਦਿਆਰਥੀ ਅਤੇ ਸਟਾਫ ਉਹ ਕੈਂਪ ਲਾਉਣ ਵਾਸਤੇ ਪਿੰਡਾਂ ਵਿੱਚ ਨੇ ਔਰ ਅੱਜ ਭਿੱਖੀ ਪਿੰਡ ਦੇ ਨੇੜੇ ਮਾੜੀ ਕੰਬੋਕੀ ਪਿੰਡ ਵਿੱਚ ਦੁਪਹਿਰ ਤੋਂ ਬਾਅਦ ਠੀਕ 1:30 ਵਜੇ ਸਾਡਾ ਇੱਕ ਆਪਣਾ ਵਿਦਿਆਰਥੀ ਜਿਹੜਾ ਉਸ ਕੈਂਪ ਦੇ ਵਿੱਚ ਸੀਗਾ ਉਹ ਇਸ਼ਨਾਨ ਕਰਦਾ ਸਰੋਵਰ ਵਿੱਚ ਡੁੱਬ ਗਿਆ ਹੈ ਔਰ ਉਹ ਉਸ ਪਾਸੇ ਸਾਡੇ ਪ੍ਰਬੰਧਕ ਅਤੇ ਸਟਾਫ ਦੇ ਵਿੱਚੋਂ ਖਾਸ ਕਰਕੇ ਵੀਰ ਸਰਬਜੀਤ ਸਿੰਘ ਜੀ ਨੂੰ ਉਸ ਪਾਸੇ ਜਾਣਾ ਪਿਆ ਕਿਉਂਕਿ ਉੱਥੇ ਪੁਲਿਸ ਇਤਿਆਦਿਕ ਦਾ ਸਾਰਾ ਮਾਮਲਾ ਜਿਹੜਾ ਉਹਨਾਂ ਨੇ ਨਜਿੱਠਣਾ ਸੀ, ਪਰਿਵਾਰ ਨੂੰ ਸੰਭਾਲਣਾ ਸੀ, ਇਸ ਕਰਕੇ ਉਹ ਅੱਜ ਇਸ ਦੀਵਾਨ ਵਿੱਚ ਨਹੀਂ ਪਹੁੰਚ ਸਕੇ। ਸਾਡੇ ਲਈ ਔਰ ਖਾਸ ਕਰਕੇ ਸਾਡੇ ਸਿੱਖ ਸਮਾਜ ਲਈ ਇਹ ਬੜੀ ਦੁਖਦਾਈ ਖਬਰ ਸੀ ਕਿਉਂਕਿ ਸਾਡਾ ਇੱਕ ਹੋਣਹਾਰ ਜੋ ਪ੍ਰਚਾਰਕ ਖੇਤਰ ਵਿੱਚ ਅੱਗੋਂ ਤਿਆਰੀ ਕਰ ਰਿਹਾ ਸਾਡਾ ਇੱਕ ਵਿਦਿਆਰਥੀ ਨੌਜਵਾਨ ਪ੍ਰਚਾਰਕ ਅੱਜ ਇੱਕ ਨਿੱਕੀ ਜਿਹੀ ਅਣਗਹਿਲੀ ਦੇ ਕਾਰਨ ਉਹ ਮੌਤ ਦੇ ਮੂੰਹ ਵਿੱਚ ਜਾ ਪਿਆ। ਸੋ ਇਸ ਲਈ ਅੱਜ ਦੇ ਇਸ ਦੀਵਾਨ ਵਿੱਚ ਸਤਿਕਾਰਯੋਗ ਸਰਬਜੀਤ ਸਿੰਘ ਜੀ ਧੁੰਦਾ ਹਾਜ਼ਰੀ ਨਹੀਂ ਭਰ ਸਕੇ ਔਰ ਅਸੀਂ ਆਪਣੇ ਵੱਲੋਂ ਪੂਰੀ ਟੀਮ ਸਾਰੇ ਵੀਰਾਂ ਨੇ ਆਪ ਸੰਗਤ ਨਾਲ ਵਿਚਾਰ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਸ ਕਰਦਾ ਆਪ ਜੀ ਸਾਡੀ ਇਸ ਮਜਬੂਰੀ ਨੂੰ ਧਿਆਨ 'ਚ ਰੱਖੋਗੇ ਔਰ ਕਿਸੇ ਵੇਲੇ ਵੀ ਜਦੋਂ ਅੱਗੇ ਸਮਾਂ ਬਣਦਾ ਹੈ ਅਸੀਂ ਆਪ ਸੰਗਤ ਨਾਲ ਫਿਰ ਦੁਬਾਰਾ ਸਮਾਂ ਮਿੱਥ ਕੇ ਤਾਂ ਸਮੁੱਚੀ ਟੀਮ ਦੇ ਸਮੇਤ ਵਿਚਾਰਾਂ ਸਾਂਝੀਆਂ ਕਰਨ ਦਾ ਯਤਨ ਕਰਾਂਗੇ। ਸੋ ਇਹ ਸਵਾਲ ਜਿਹੜਾ ਤੁਹਾਡਾ ਇੱਥੇ ਸਾਡੇ ਕੋਲ ਪਹੁੰਚਿਆ ਹੈ ਇਹ ਸਵਾਲ ਆਮ ਤੌਰ 'ਤੇ ਤੁਸੀਂ ਵੀ ਕਈਆਂ ਥਾਵਾਂ 'ਤੇ ਦੇਖਿਆ ਹੋਏਗਾ, ਅਸੀਂ ਵੀ ਦੇਖਦੇ ਹਾਂ ਔਰ ਸਾਨੂੰ ਦੀਵਾਨ ਦੇ ਵਿੱਚ ਆਮ ਤੌਰ 'ਤੇ ਸਵਾਲ ਜਿਹੜਾ ਹੈ ਉਹ ਪੁੱਛਿਆ ਵੀ ਜਾਂਦਾ ਹੈ। ਇਹ ਸੰਗਰੂਰ ਦੇ ਅੱਗੇ ਜਾ ਕੇ ਸ਼ਾਇਦ ਜ਼ਿਲ੍ਹਾ ਮਾਨਸਾ ਦੇ ਵਿੱਚ ਉਹ ਪਿੰਡ ਪੈਂਦਾ ਹੈ। ਅਸੀਂ ਪਿਛਲੇ ਦਿਨੀ ਉਸ ਪਿੰਡ ਵਿੱਚ ਗਏ, ਜਿਵੇਂ ਹੀ ਅਸੀਂ ਅੰਦਰ ਦਾਖਲ ਹੋਏ ਤਾਂ ਸਾਹਮਣੇ ਇੱਕ ਜੰਡ ਦੇ ਥੱਲੇ ਬੜੇ ਕਿੰਨੇ ਸਾਰੇ ਦੀਵੇ ਜਿਹੜੇ ਇੱਕ ਥੜੇ ਦੇ ਉੱਤੇ ਜਾਗ ਰਹੇ, ਕੁਝ ਬੀਬੀਆਂ ਉੱਥੇ ਖੜੀਆਂ ਜਿਹੜੀਆਂ ਹੋਰ ਦੀਵੇ ਜਗਾ ਰਹੀਆਂ। ਅਸੀਂ ਗੱਡੀ 'ਚੋਂ ਉਤਰਦੇ ਹਾਂ, ਉਹਨਾਂ ਨੂੰ ਪੁੱਛਿਆ ਵੀ ਇਹ ਕੀ ਗੱਲ ਹੈ, ਇੱਥੇ ਦੀਵੇ ਕਿਉਂ ਜਗਾ ਰਹੇ ਨੇ, ਉਸ ਪਾਸੇ ਉਹ ਜਿਹੜੇ ਲਾਈਨ ਬਣਾ ਕੇ ਖੜ੍ਹੇ ਨੇ ਉਹ ਕਿਉਂ ਖੜ੍ਹੇ ਨੇ। ਤਾਂ ਪ੍ਰਬੰਧਕ ਵੀਰਾਂ ਨੇ ਬੜੀ ਧੀਮੀ ਜਿਹੀ ਆਵਾਜ਼ ਵਿੱਚ ਕਿਹਾ ਕਿ ਇਹ ਜੰਡ ਦੇ ਥੱਲੇ ਲੋਕ ਦੀਵੇ ਜਗਾ ਰਹੇ ਆ। ਅਸੀਂ ਕਿਹਾ ਕਿਉਂ ਜਗਾ ਰਹੇ ਆ, ਕਹਿੰਦੇ ਕੁਝ ਲੋਕ, ਬਾਕੀ ਪਿੰਡ ਨਹੀਂ ਕਰਦਾ, ਬਾਕੀ ਪਿੰਡ ਨੂੰ ਅਸੀਂ ਸਮਝਾ ਲਿਆ ਹੈ, ਪਰ ਕੁਝ ਲੋਕ ਜਿਹੜੇ ਕੁਝ ਪਰਿਵਾਰ ਨੇ ਉਹ ਇਸ ਗੱਲ ਦੀ ਜ਼ਿੱਦ ਕਰਦੇ ਆ ਵੀ ਅਸੀਂ ਤਾਂ ਕਰਨਾ ਹੀ ਕਰਨਾ। ਗੁਰਦੁਆਰੇ ਦੇ ਪਿਛਲੇ ਪਾਸੇ ਇੱਕ ਦਰਖਤ ਦੇ ਥੱਲੇ ਉਹ ਦੀਵੇ ਜਗਾ ਰਹੇ ਆ। ਜਦੋਂ ਉਹਨਾਂ ਨੇ ਵਿਸਥਾਰ ਨਾਲ ਦੱਸਿਆ, ਕਹਿੰਦੇ ਵੀ ਸਾਡੇ ਇਸ ਪਿੰਡ ਵਿੱਚ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਸਨ
ਇਹ ਗੁਰਦੁਆਰਾ ਵੀ ਸਾਡਾ ਦਸਵੇਂ ਪਾਤਸ਼ਾਹ ਜੀ ਨੇ ਨਾਂ ਦੇ ਉੱਤੇ ਹੈ। ਔਰ ਇਹ ਲੋਕ ਕਹਿੰਦੇ ਨੇ ਕਿ ਅਸੀਂ ਦੀਵਾ ਇਸ ਕਰਕੇ ਜਗਾਉਣਾ ਹੈ ਕਿਉਂਕਿ ਮਹਾਰਾਜ ਨੇ ਇਸ ਜੰਡ ਨਾਲ ਘੋੜਾ ਬੰਨਿਆ ਸੀ। ਅਸੀਂ ਇਹਨਾਂ ਨੂੰ ਹਟਾਉਂਦੇ ਹਾਂ ਪਰ ਇਹ ਅੱਗੋਂ ਬੁਰਾ ਭਲਾ ਵੀ ਬੋਲਦੇ ਨੇ, ਰੋਸ ਵੀ ਕਰਦੇ ਨੇ ਅਤੇ ਇਹ ਜ਼ਿਦ ਕਰਦੇ ਨੇ ਵੀ ਅਸੀਂ ਕਰਨਾ ਹੀ ਕਰਨਾ। ਅਸੀਂ ਉੱਥੇ ਜਿੱਥੇ ਉਹਨਾਂ ਲੋਕਾਂ ਨੂੰ ਸਮਝਾਇਆ ਉੱਥੇ ਨਾਲ ਅਸੀਂ ਸਾਰੀ ਸੰਗਤ ਨਾਲ ਵੀ ਸਟੇਜ ਤੋਂ ਵਿਚਾਰ ਸਾਂਝੇ ਕਰਨ ਦੀ ਵੀ ਕੋਸ਼ਿਸ਼ ਕੀਤੀ। ਭਲਿਓ ਠੀਕ ਹੈ, ਤੁਹਾਡੀ ਭਾਵਨਾ ਚੰਗੀ ਹੈ, ਤੁਹਾਡੇ ਅੰਦਰ ਸ਼ਰਧਾ ਹੈ, ਤੁਹਾਡੇ ਅੰਦਰ ਗੁਰੂ ਦੇ ਪ੍ਰਤੀ ਇਹ ਪਿਆਰ ਹੈ, ਇਹ ਚੰਗੀ ਗੱਲ ਹੈ, ਪਰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖੋ, ਕਿਸੇ ਨਾ ਕਿਸੇ ਕਾਰਨ ਤੁਸੀਂ ਕਿਸੇ ਐਸੇ ਭਰਮ ਵਿੱਚ, ਅਗਿਆਨਤਾ ਵਿੱਚ ਫਸੇ ਹੋਏ ਹੋ, ਤੁਹਾਡਾ ਰਾਹ ਠੀਕ ਨਹੀਂ ਹੈ। ਤੁਹਾਡੀ ਸ਼ਰਧਾ ਠੀਕ ਹੈ, ਤੁਹਾਡੇ ਅੰਦਰ ਪਿਆਰ ਹੈ ਗੁਰੂ ਪ੍ਰਤੀ, ਇਹ ਠੀਕ ਹੈ, ਪਰ ਤੁਹਾਡਾ ਜਿਹੜਾ ਰਾਹ ਅਪਣਾਇਆ ਤੁਸੀਂ ਇਹ ਠੀਕ ਨਹੀਂ ਹੈ। ਕਾਰਨ, ਦਸਵੇਂ ਪਾਤਸ਼ਾਹ ਤੁਹਾਡੇ ਪਿੰਡ ਵਿੱਚ ਆਏ ਸਨ, ਆਖਰ ਮਹਾਰਾਜ ਘੋੜੇ 'ਤੇ ਆਏ ਅਤੇ ਘੋੜਾ ਕਿਤੇ ਬੰਨ੍ਹਣਾ ਹੀ ਸੀ। ਜੇ ਮਹਾਰਾਜ ਘੋੜੇ 'ਤੇ ਆਏ ਤਾਂ ਘੋੜਾ ਕਿਤੇ ਬੰਨ੍ਹਣਾ ਹੀ ਸੀ। ਜੇ ਮਹਾਰਾਜ ਆਏ ਤੁਹਾਡੇ ਪਿੰਡ ਅਤੇ ਘੋੜਾ ਉਹਨਾਂ ਨੇ ਦਰਖਤ ਨਾਲ ਬੰਨ੍ਹ ਦਿੱਤਾ। ਹੁਣ ਤੁਸੀਂ ਇਸ ਮਸਲੇ ਵਿੱਚ ਉਲਝੇ ਹੋਏ ਹੋ ਕਿ ਅਸੀਂ ਇਸ ਜੰਡ ਦੇ ਥੱਲੇ ਦੀਵੇ ਬਾਲਣੇ ਆ, ਅਸੀਂ ਇਹਦੀ ਪੂਜਾ ਕਰਨੀ, ਇਹਨੂੰ ਮੱਥਾ ਟੇਕਣਾ ਆ। ਨਹੀਂ, ਤੁਸੀਂ ਇਹ ਚੇਤਾ ਕਰੋ, ਇਸ ਜੰਡ ਦੇ ਨਾਲ ਘੋੜਾ ਬੰਨ੍ਹ ਕੇ ਮਹਾਰਾਜ ਨੇ ਤੁਹਾਡੇ ਪਿੰਡ ਨੂੰ ਉਪਦੇਸ਼ ਕੀ ਦਿੱਤਾ ਆ? ਇਸ ਜੰਡ ਦੇ ਥੱਲੇ ਖਲੋ ਕੇ ਮਹਾਰਾਜ ਨੇ ਤੁਹਾਡੇ ਪਿੰਡ ਵਾਸੀਆਂ, ਤੁਹਾਡੇ ਬਜ਼ੁਰਗਾਂ ਦੇ ਨਾਲ ਗੱਲਾਂ ਕਿਹੜੀਆਂ ਕੀਤੀਆਂ? ਮਹਾਰਾਜ ਨੇ ਤੁਹਾਡੇ ਪਿੰਡ ਨੂੰ ਸਮਝਾਇਆ ਕੀ, ਆਖਿਆ ਕੀ ਆ? ਉਹ ਗੱਲਾਂ ਚੇਤੇ ਕਰਨ ਦੀ ਕੋਸ਼ਿਸ਼ ਕਰੋ, ਇਹਦੀ ਪੂਜਾ ਕਰਨ ਦਾ ਕੋਈ ਮਸਲਾ ਨਹੀਂ। ਗੁਰੂ ਸਵਾਰਿਓ, ਜਦੋਂ ਅਸੀਂ ਗੁਰਧਾਮਾਂ 'ਤੇ ਜਾਂਦੇ ਹਾਂ ਉੱਥੇ ਤੁਹਾਨੂੰ ਬੜੀਆਂ ਸਾਰੀਆਂ ਸਾਡੀਆਂ ਇਤਿਹਾਸ ਦੀਆਂ ਨਿਸ਼ਾਨੀਆਂ ਜਿਹੜੀਆਂ ਕਿਤੇ ਨਾ ਕਿਤੇ ਮਿਲਣਗੀਆਂ। ਇੱਕ ਗੱਲ ਦਾ ਹਮੇਸ਼ਾ ਖਿਆਲ ਰੱਖੋ, ਅਸੀਂ ਹੁਣੇ ਅਰਦਾਸ ਕਰਾਂਗੇ, ਸਮਾਪਤੀ ਵੇਲੇ ਅਰਦਾਸ ਕਰਦੇ ਹਾਂ, ਇਹ ਬੋਲ ਆਪਾਂ ਨੂੰ ਚੇਤੇ ਆ ਜਾਣੇ ਆ, ਔਰ ਆਪਾਂ ਸਾਰਿਆਂ ਨੂੰ ਯਾਦ ਵੀ ਹੈ, ਹਰ ਫੰਕਸ਼ਨ ਦੇ ਵਿੱਚ ਪੜ੍ਹੇ ਜਾਂਦੇ ਆ। ਆਗਿਆ ਭਈ, ਸਾਰੇ ਬੋਲੋ, ਆਗਿਆ ਭਈ, ਤਵੀ ਚਲਾਇਓ, ਤਵੀ ਚਲਾਇਓ, ਆਗਿਆ ਅਕਾਲ ਦੀ, ਰੱਬ ਦੀ, ਜਿਹੜਾ ਜੰਮਦਾ ਨਹੀਂ ਮਰਦਾ ਨਹੀਂ। ਆਗਿਆ ਭਈ ਅਕਾਲ ਕੀ, ਤਵੀ ਚਲਾਇਓ, ਡੇਰੇ ਨਹੀਂ ਚਲਾਏ, ਪੰਥ ਚਲਾਇਆ, ਪੰਥ ਚਲਾਇਆ, ਡੇਰਿਆਂ ਦੀ ਕੋਈ ਹੋਂਦ ਨਹੀਂ, ਪੰਥ ਦੀ ਗੱਲ ਹੈ। ਤਵੀ ਚਲਾਇਓ ਪੰਥ, ਅੱਗੇ ਕੀ ਪੜ੍ਹਦੇ ਆ? ਸਭ ਸਿੱਖਣ ਕੋ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ। ਮੈਨੂੰ ਤਿਉਂ ਲੱਗਦਾ ਤੁਸੀਂ ਸਾਡੇ ਨਾਲ ਉਹ ਨਾਰਾਜ਼ ਹੋ। ਕਿਵੇਂ ਦੱਬੀ ਜੀ ਆਵਾਜ਼, ਪਤਾ ਨਹੀਂ ਸ਼ਾਇਦ ਭੁੱਖ ਲੱਗੀ ਹੋਵੇ ਜਾਂ ਗਰਮੀ ਲੱਗਦੀ, ਕੀ ਕਾਰਨ ਹੈ? ਇੰਨੀ ਗਿਣਤੀ ਵਿੱਚ ਆਪਾਂ ਬੈਠੇ ਹਾਂ ਅਤੇ ਆਵਾਜ਼ ਇੰਨੀ ਕੀ, ਕਿਹਦੇ ਤੋਂ ਸੰਗਦੇ ਹਾਂ ਆਪਾਂ? ਬੈਠੇ ਆਪਾਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਨਿਚਾਕ ਹੋ ਕੇ ਆਪਾਂ, ਇਹ ਗੱਲ ਤਾਂ ਕੋਈ ਲੁਕੀਸ਼ਿਪ ਹੀ ਨਹੀਂ ਆ। ਆਪਾਂ ਰੋਜ਼ ਪੜ੍ਹਦੇ ਹਾਂ, ਭਾਈ ਸਾਹਿਬ ਰੋਜ਼ ਆਪਣੇ ਨਾਲ ਗਾਉਂਦੇ ਅਰਦਾਸ ਤੋਂ ਬਾਅਦ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਨੂੰ ਗੁਰੂ ਮੰਨਣ ਦੀ ਗੱਲ ਆਪਾਂ ਪੜ੍ਹਦੇ ਹਾਂ ਔਰ ਸਾਨੂੰ ਮੰਨਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਚਾਹੀਦਾ, ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਤੇ ਕੋਈ ਹੋਰ ਚੀਜ਼ ਨਹੀਂ ਰੱਖੀ ਜਾ ਸਕਦੀ। ਕੀ ਭਲਿਓ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੇ ਕੋਈ ਦਰਖਤ ਪੂਜਿਆ ਜਾ ਸਕਦਾ? ਕੋਈ ਦਰਖਤ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰ ਸਕਦਾ? ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰ ਸਕਦਾ? ਕੋਈ ਕੰਧ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰ ਸਕਦੀ ਹੈ?
ਕੋਈ ਥੜਾ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰ ਸਕਦਾ? ਕੋਈ ਕਿਤਾਬ, ਕੋਈ ਪੋਥੀ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰ ਸਕਦੀ ਹੈ? ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕੋਈ ਚੀਜ਼ ਕਰ ਹੀ ਨਹੀਂ ਸਕਦੀ, ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੇ ਚੀਜ਼ਾਂ ਪੂਜੀਆਂ ਕਿਉਂ ਜਾਣ, ਕਿਉਂ ਮੱਥੇ ਟੇਕੇ ਜਾਣ? ਹੁਣ ਜਿਵੇਂ ਅਸੀਂ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕਦੇ ਹਾਂ, ਜੇ ਇਵੇਂ ਹੀ ਮੱਥਾ ਦਰਖਤ ਨੂੰ ਜਾਂ ਬੰਦੇ ਨੂੰ ਜਾਂ ਕਿਸੇ ਥੜੇ ਨੂੰ ਜਾਂ ਕਿਸੇ ਕੰਧ ਨੂੰ ਟੇਕਦੇ ਹਾਂ, ਇਹਦਾ ਮਤਲਬ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ, ਕੰਧ, ਥੜਾ, ਬੰਦਾ ਇੱਕੋ ਜਿਹੀ ਚੀਜ਼ ਆ, ਕਿਉਂਕਿ ਮੱਥਾ ਤੇ ਅਸੀਂ ਸਾਰਿਆਂ ਨੂੰ ਇੱਕੋ ਜਿਹਾ ਹੀ ਟੇਕੀ ਜਾਂਦੇ ਹਾਂ। ਨਹੀਂ, ਮੱਥਾ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ, ਸਿੱਖ ਦਾ ਸਿਰ ਸਿਰਫ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ, ਬਾਕੀ ਜਿਹੜੀਆਂ ਤੁਹਾਨੂੰ ਇਤਿਹਾਸਕ ਨਿਸ਼ਾਨੀਆਂ ਲੱਗਦੀਆਂ ਜੀ ਸਦਕੇ ਉਹਨਾਂ ਦੀ ਸੰਭਾਲ ਕਰੋ, ਉਹਨਾਂ ਦੀ ਸੰਭਾਲ ਕਰੋ, ਉਹਨਾਂ ਨੂੰ ਜਿਉਂਦੀਆਂ ਜਾਗਦੀਆਂ ਰੱਖੋ, ਉਹਨਾਂ ਨੂੰ ਮਿਟਾਓ ਨਾ, ਤਾਂ ਕਿ ਸਾਡਾ ਇਤਿਹਾਸ ਜਾਗਦਾ ਰਹੇ ਔਰ ਆਉਣ ਵਾਲੀਆਂ ਪੀੜ੍ਹੀਆਂ ਉਹਦੇ ਤੋਂ ਸੇਧ ਲੈਂਦੀਆਂ ਰਹਿਣ ਵੀ ਇੱਥੇ ਕੋਈ ਗੁਰੂ ਸਾਹਿਬ ਆਏ ਸੀ, ਇਹ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੇ, ਉਹਨਾਂ ਨਿਸ਼ਾਨੀਆਂ ਵੱਲ ਵੇਖ ਕੇ ਸਾਨੂੰ ਸਾਡਾ ਇਤਿਹਾਸ ਚੇਤੇ ਆਉਂਦਾ ਰਹੇ। ਬਾਕੀ ਪੂਜਾ ਦਾ ਕੋਈ ਵਿਧਾਨ ਨਹੀਂ, ਪੂਜਾ ਦਾ ਸਾਡੇ 'ਚ ਕੋਈ ਇਸ ਤਰ੍ਹਾਂ ਦਾ ਮਸਲਾ ਨਹੀਂ, ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਸਿਰ ਝੁਕਾਉਣ ਦਾ ਸਾਡੀ ਮਰਿਆਦਾ ਦਾ ਇੱਕ ਅਹਿਮ ਅੰਗ ਹੈ, ਔਰ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਤੇ ਵੀ ਅਸੀਂ ਸਿਰ ਨਹੀਂ ਝੁਕਾਉਣਾ। ਇੱਕ ਸਵਾਲ ਹੋਰ ਆਇਆ ਸੀਗਾ ਤੇ ਮੈਂ ਆਸ ਕਰਦਾ ਉਹਨਾਂ ਨੂੰ ਜਵਾਬ ਮਿਲ ਗਿਆ ਹੋਏਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਹੋ ਸਕਦਾ ਹੈ ਕਿ ਨਹੀਂ। ਸੋ ਭਾਈ ਸਾਹਿਬ ਜੀ ਨੇ ਬੜੇ ਵਿਸਥਾਰ ਸਾਹਿਬ ਦੱਸ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਹੋਰ ਕੋਈ ਵੀ ਥੜਾ, ਕੋਈ ਪੋਥੀ, ਕੋਈ ਗ੍ਰੰਥ ਨਹੀਂ ਕਰ ਸਕਦਾ। ਸੋ ਇਸ ਕਰਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਕਾਸ਼ ਹੋ ਸਕਦਾ ਹੈ, ਕਿਸੇ ਹੋਰ ਲਾਗੇ ਕਿਤਾਬ, ਗ੍ਰੰਥ ਜਾਂ ਪੋਥੀ ਦਾ ਨਹੀਂ ਕੀਤਾ ਜਾ ਸਕਦਾ ਇਸ ਤਰ੍ਹਾਂ। ਅਗਲਾ ਸਵਾਲ ਆਇਆ ਜੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਗ੍ਰੰਥੀ ਜਾਂ ਪਾਠੀ ਤੋਂ ਬਿਨਾਂ ਕੋਈ ਹੋਰ ਮਾਈ ਭਾਈ ਚੋਰ ਦੀ ਸੇਵਾ ਨਿਭਾ ਸਕਦਾ ਹੈ ਜਾਂ ਬੈਠ ਕੇ ਸੇਵਾ ਕਰ ਸਕਦਾ ਹੈ ਜੀ? ਗਿਆਨੀ ਜੀ ਇਸ 'ਤੇ ਵਿਚਾਰ ਦਿਓ। ਗੁਰੂ ਪਿਆਰਿਓ, ਇੱਕ ਬਹੁਤ ਹੀ ਵਿਸ਼ਾਲਤਾਪੂਰਵਕ ਇਹਦਾ ਉੱਤਰ ਹੈ, ਸਵਾਲ ਵੀ ਬੜਾ ਪਿਆਰਾ ਹੈ। ਪੰਥ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਵੀ ਸਟੇਜ ਦੇ ਉੱਤੇ ਜੇ ਸੰਬੋਧਨ ਕਰਨਾ ਸੰਗਤ ਨੂੰ, ਉਹ ਤਿਆਰ ਪਰ ਤਿਆਰ ਖਾਲਸਾ ਹੋਵੇ, ਭਾਵ ਖੰਡੇ ਦੀ ਪੌਲ ਲਈ ਹੋਵੇ। ਪਾਠ ਆਪਣੇ ਲਈ ਕੋਈ ਵੀ ਕਰ ਸਕਦਾ, ਚੋਰ ਗੁਰੂ ਗ੍ਰੰਥ ਸਾਹਿਬ ਦੇ ਕੋਈ ਵੀ ਕਰ ਸਕਦਾ ਹੈ, ਇਹ ਕੋਈ ਬਹੁਤੀ ਵੱਡੀ ਸਮੱਸਿਆ ਨਹੀਂ ਹੈ। ਗ੍ਰੰਥੀ ਸਾਹਿਬਾਨ ਕਰ ਸਕਦੇ ਆ, ਸੰਗਤ 'ਚ ਹੋਰ ਦੇਖੋ ਤੁਹਾਡੇ 'ਚੋਂ ਕੋਈ ਵੀ ਭੈਣ ਭਰਾ ਬੱਚੇ ਜਾ ਕੇ ਉਹ ਵੀ ਚੋਰ ਕਰ ਸਕਦੇ ਆ। ਦਰਅਸਲ ਸਾਧ ਲਾਣੇ ਨੇ ਦੋ ਗੱਲਾਂ ਸਾਨੂੰ ਪਰਪੱਕ ਕਰਵਾ ਦਿੱਤੀਆਂ। ਪਹਿਲੀ ਗੱਲ ਤਾਂ ਇਹ ਪਰਪੱਕ ਕਰਵਾ ਦਿੱਤੀ ਕਿ ਤੁਸੀਂ ਬਾਣੀ ਨਾ ਪੜ੍ਹਿਓ, ਕਿਉਂਕਿ ਤੁਹਾਡੇ ਕੋਲ ਬਾਣੀ ਗਲਤ ਪੜ੍ਹੀ ਜਾਣੀ ਹੈ, ਅਤੇ ਬਾਣੀ ਗਲਤ ਪੜ੍ਹੀ ਜਾਏਗੀ ਅਤੇ ਸਾਡੇ ਵਪਾਰ 'ਚ ਨੁਕਸਾਨ ਹੋਣਾ ਹੈ, ਘਰਾਂ ਦਾ ਨੁਕਸਾਨ ਹੋ ਸਕਦਾ, ਮੱਝਾਂ ਦੁੱਧ ਤੋਂ ਭੱਜ ਜਾਣਗੀਆਂ। ਦੂਜੀ, ਸਾਧਾਂ ਨੇ ਇਹ ਵਿਚਾਰ ਦਿੱਤੀ ਕਿ ਉਹ ਅਭਿਆਸੀ ਸਿੱਖ ਹੀ ਪਾਠ ਅਰਥ ਕਰ ਸਕਦਾ ਆ, ਬਾਣੀ ਅਗਾਧ ਬੋਧ ਅਰਥ ਕੋਈ ਨਹੀਂ ਕਰ ਸਕਦਾ, ਅਤੇ ਇਸ ਵਾਸਤੇ ਆਪਾਂ ਵਿਚਾਰ ਵੀ ਛੱਡ ਦਿੱਤੀ। ਗੁਰਬਾਣੀ ਗੁਰੂ ਪਿਆਰਿਓ ਬਹੁਤ ਹੀ ਸਰਲ ਅਤੇ ਸੁਖੈਣ ਢੰਗ ਦੇ ਨਾਲ ਸਾਨੂੰ ਸੱਚਾਈਆਂ ਦੱਸਦੀ ਹੈ, ਅਤੇ ਗੁਰਬਾਣੀ ਸਾਨੂੰ ਜੀਵਨ ਜਾਚ ਦੱਸਦੀ ਹੈ। ਇਸ ਵਾਸਤੇ ਗੁਰਬਾਣੀ ਪੜ੍ਹਨ ਅਤੇ ਵਿਚਾਰਨ ਦਾ ਵਿਸ਼ਾ ਸੀ, ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਉਲਝ ਕੇ ਰਹਿ ਗਏ, ਜਿਹਦਾ ਪ੍ਰਭਾਵ ਅੱਜ ਵੀ ਸਾਡਿਆਂ ਪਰਿਵਾਰਾਂ ਵਿੱਚ ਜਿਹੜਾ ਵੀ ਉਹ ਦੇਖਿਆ ਜਾ ਸਕਦਾ। ਗੁਰੂ ਪਿਆਰੇ, ਜਿਸ ਤਰ੍ਹਾਂ ਮੇਰੇ ਛੋਟੇ ਵੀਰ ਭਾਈ ਸੁਖਵਿੰਦਰ ਸਿੰਘ ਦਦੇਹਰ ਹੋਣੀ ਬੜੀ ਪਿਆਰੀ ਬਾਤ ਪਾ ਰਹੇ ਸੀ ਕਿ ਅੱਜ ਕੌਮ ਦੇ ਵਿੱਚ ਅੰਧ ਵਿਸ਼ਵਾਸ ਇੰਨਾ ਆ ਗਿਆ ਹੈ, ਕੋਈ ਪਾਕਿਸਤਾਨ 'ਚੋਂ ਗੜਵਾ ਲੈ ਕੇ ਆ ਜਾਵੇ ਨਾ
ਤੇ ਗੁਰੂ ਪਿਆਰਿਓ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਘੱਟ ਟੇਕਦੇ ਅਤੇ ਗੜਵੇ ਨੂੰ ਮੱਥਾ ਵੱਧ ਟੇਕਦੇ ਹਾਂ। ਏਡੀ ਬਦਕਿਸਮਤੀ ਹੈ ਕੌਮ ਦੀ ਕਿ ਕੋਈ ਘੋੜਾ ਲੈ ਆਵੇ ਨਾ ਹਜ਼ੂਰ ਸਾਹਿਬ ਤੋਂ, ਅਤੇ ਅਸੀਂ ਉਹ ਕਹਿੰਦੇ ਜੀ ਇਹ ਉਹ ਘੋੜੇ ਨਸਲ ਆ ਜਿਸ ਘੋੜੇ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਵਾਰੀ ਕਰਦੇ ਸੀ, ਉਹਨੇ ਨਸਲ ਤੁਰੀ ਆ ਰਹੀ ਹੈ। ਅਤੇ ਗੁਰੂ ਪਿਆਰਿਓ, ਮੈਂ ਆਪਣੀ ਅੱਖਾਂ ਨਾਲ ਦੇਖਿਆ ਵੀ ਸੰਗਤ ਲਿੱਦ ਵੀ ਘਰਾਂ ਨੂੰ ਲਿਆ ਰਹੀ ਹੈ। ਲੈ ਕੇ ਕੀ ਜਾਣਾ ਚਾਹੀਦਾ? ਸਾਨੂੰ ਸ਼ਬਦ ਲੈ ਕੇ ਜਾਣਾ ਚਾਹੀਦਾ। ਅਤੇ ਮਾਫ਼ ਕਰਿਓ, ਜਦੋਂ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਹਜ਼ੂਰ ਸਾਹਿਬ ਵੀ ਜਾਣਦੇ ਆ, ਅਤੇ ਉੱਥੋਂ ਕਿਹੜੀਆਂ ਵੀ ਇਤਿਹਾਸ ਦੀਆਂ ਕਿਤਾਬਾਂ ਲਿਆਉਂਦੇ ਆ, ਉੱਥੋਂ ਵੀ ਮੁੰਦਰੀਆਂ ਲੈ ਕੇ ਆਉਂਦੇ ਆ, ਚਾਬੀ ਵਾਲਾ ਬਾਂਦਰ ਲੈ ਕੇ ਆਉਂਦੀਆਂ ਨੇ, ਜਾਂ ਮਾਲਾ ਲੈ ਕੇ ਆਉਂਦੀਆਂ ਨੇ, ਲਾਸਟ ਵਾਲਾ ਕੱਛਾ ਲੈਣ ਦਾ, ਉੱਥੋਂ ਕਿਹੜਾ ਗੁਰੂ ਪਿਆਰੇ ਆਪਾਂ ਕੋਈ ਸ਼ਬਦ ਲੈ ਕੇ ਆਉਣੇ ਆ, ਕੋਈ ਪੋਥੀਆਂ ਲੈ ਕੇ ਆਉਣੀਆਂ ਨੇ। ਇਹੀ ਕਾਰਨ ਹੈ ਕਿ ਸਾਡੇ ਘਰਾਂ ਵਿੱਚ ਪੜ੍ਹਨ ਲਿਖਣ ਵਾਸਤੇ ਕੋਈ ਵੀ ਜਗ੍ਹਾ ਸਮਾਨ ਨਹੀਂ ਹੈ, ਇਸ ਵਾਸਤੇ ਇਹੋ ਜਿਹੀ ਮਰਮਤ ਸਾਡੇ ਘਰਾਂ ਵਿੱਚ ਹੈ। ਅਗਲਾ ਸਵਾਲ ਹੈ ਜੀ ਕਿ ਮਾਸ ਬਾਰੇ ਹੈ, ਝਟਕਾ ਅਤੇ ਹਲਾਲ ਇਸ ਤੋਂ ਕੀ ਭਾਵ ਹੈ ਜੀ? ਅਤੇ ਨਾਲ ਥੋੜ੍ਹਾ ਜਿਹਾ ਇਹਨਾਂ ਨੇ ਕਿਹਾ ਕਿ ਹਜ਼ੂਰ ਸਾਹਿਬ ਉੱਥੇ ਵੀ ਬੱਕਰੇ ਨੂੰ ਵੱਢ ਕੇ ਅਤੇ ਉਹਦਾ ਖੂਨ ਜਿਹੜਾ ਹੈ ਉਹ ਅੰਦਰ ਸ਼ਸਤਰਾਂ ਨੂੰ ਲਗਾਇਆ ਜਾਂਦਾ ਜੀ, ਇਸ ਬਾਬਤ ਗੁਰਮਤ ਦਾ ਕੀ ਨਜ਼ਰੀਆ ਹੈ? ਗੁਰੂ ਪਿਆਰਿਓ, ਆਪ ਜੀ ਪੜ੍ਹਨ ਦੀ ਥੋੜ੍ਹੀ ਜਿਹੀ ਖੇਚਲ ਕਰਿਆ ਕਰੋ। ਸਿੱਖ ਰਹਿਤ ਮਰਿਆਦਾ ਵਿੱਚ ਜਿਨ੍ਹਾਂ ਚਾਰ ਵਜਰ ਪ੍ਰਹਿਤਾਂ ਤੋਂ ਬਚਣ ਲਈ ਕਿਹਾ ਜਾਂਦਾ ਹੈ, ਉਹਨਾਂ ਚਾਰ ਵਜਰ ਪ੍ਰਹਿਤਾਂ ਵਿੱਚ ਇੱਕ ਹੈ ਹਲਾਲ। ਹਲਾਲ ਪੁੱਛਿਆ ਗਿਆ ਵੀ ਹਲਾਲ ਦਾ ਕੀ ਅਰਥ ਹੈ, ਝਟਕੇ ਦਾ ਕੀ ਅਰਥ ਹੈ? ਝਟਕੇ ਦਾ ਅਰਥ ਹੈ ਜਿਹੜਾ ਇੱਕ ਝਟਕੇ ਨਾਲ, ਇੱਕੇ ਟੱਕ ਨਾਲ ਕਿਸੇ ਜਾਨਵਰ ਨੂੰ ਵੱਢ ਦੇਣਾ। ਹਲਾਲ ਦਾ ਅਰਥ ਹੈ ਇਸਲਾਮੀ ਤਰੀਕੇ ਨਾਲ, ਮੁਸਲਮਾਨ ਵੀਰਾਂ ਦੀ ਆਪਣੀ ਇੱਕ ਅਕੀਦਾ ਹੈ, ਉਹਨਾਂ ਦੀ ਮਰਿਆਦਾ ਹੈ, ਉਹ ਕਿਸੇ ਵੀ ਪਸ਼ੂ ਦੇ ਹੇਠਾਂ ਸਾਹ ਰਾਗ ਦੇ ਉੱਤੇ ਛੁਰੀ ਤਿੱਖੀ ਰੱਖਦੇ ਨੇ, ਨਾਲ ਨਾਲ ਕਲਮਾ ਪੜ੍ਹਦੇ ਆ, ਇੱਕ ਮੰਤਰ ਪੜ੍ਹਦੇ ਆ, ਔਰ ਸਹਿਜ ਸਹਿਜ ਉਹ ਜਿਹੜੀ ਛੁਰੀ ਆ ਉਹਨੂੰ ਚਲਾਉਂਦੇ ਆ। ਜਿਵੇਂ ਜਿਵੇਂ ਉਹ ਮੰਤਰ ਪੜ੍ਹਦੇ ਆ, ਨਾਲ ਨਾਲ ਉਹ ਸਹਿਜ ਸਹਿਜ ਛੁਰੀ ਚਲਾਉਂਦੇ ਆ, ਸਾਹ ਰਾਗ ਵੱਢ ਦਿੰਦੇ ਆ। ਹੁਣ ਸਾਹ ਰਾਗ ਵੱਢਣ ਨਾਲ ਇੱਕ ਤਾਂ ਖੂਨ ਨਿਕਲਦਾ, ਜਾਨਵਰ ਤੜਫਦਾ ਹੈ, ਅਤੇ ਇਸ ਤਰੀਕੇ ਨਾਲ ਉਹ ਜਾਨਵਰ ਨੂੰ ਮਾਰਦੇ ਆ। ਉਹ ਕਹਿੰਦੇ ਆ ਕਿ ਇਹ ਰੱਬ ਦੇ ਨਾਂ 'ਤੇ ਬਲੀ ਦੇਣੀ ਹੈ। ਸਾਡੇ ਕੋਲ ਝਟਕੇ ਵਾਲੇ ਵੀਰ ਜਿਹੜੇ ਝਟਕੇ ਦੇ ਉੱਤੇ ਉਹ ਕਹਿੰਦੇ ਹਲਾਲ ਜਿਹੜਾ ਇਹ ਤਰੀਕਾ ਇਹ ਠੀਕ ਨਹੀਂ, ਅਸੀਂ ਝਟਕੇ ਵਾਲੀ ਗੱਲ ਕਰਦੇ ਹਾਂ। ਰੱਬ ਦੇ ਨਾਂ 'ਤੇ ਕੁਝ ਇਸ ਤਰ੍ਹਾਂ ਦੇ ਮਸਲੇ ਸਾਡੇ ਵਿੱਚ ਵੀ ਆਏ। ਤੀਸਰਾ ਵਿਚਾਰ ਹੈ ਕਿ ਹਜ਼ੂਰ ਸਾਹਿਬ ਵਿੱਚ ਜਦੋਂ ਉੱਥੇ ਪ੍ਰਕਰਮਾਂ 'ਚ ਸਾਹਮਣੇ ਵਾਰ ਵਾਰ ਬੱਕਰਾ ਵੱਢ ਕੇ ਅਤੇ ਉਹਦੀ ਸਿਰੀ ਜਿਹੜੀ ਆ ਉਹ ਬਾਟੇ 'ਚ ਪਾ ਕੇ ਅਤੇ ਉਹਦੇ ਖੂਨ ਦੇ ਜਿਹੜੇ ਟਿੱਕੇ ਆ ਉਹ ਅੰਦਰ ਦਰਬਾਰ ਸਾਹਿਬ 'ਚ ਜਾ ਕੇ ਸ਼ਸਤਰਾਂ ਇਤਿਆਦਿਕ ਨੂੰ ਲਾਏ ਜਾਂਦੇ ਆ, ਇਹ ਮਨਮਤ ਹੈ। ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਿਕਾਰ ਦੀ ਘੋਰ ਬੇਅਦਬੀ ਹੈ, ਇਹ ਗੁਰਦੁਆਰੇ ਦੀ ਮਰਿਆਦਾ ਨਹੀਂ ਹੈ, ਇਹ ਮੰਦਰ ਦੀ ਮਰਿਆਦਾ ਜਿਹੜੀ ਉੱਥੇ ਤੁਸੀਂ ਦੇਖਦੇ ਹੋ। ਇੱਥੇ ਮੈਂ ਨਾਲ ਇਹ ਵੀ ਵਿਚਾਰ ਦੇ ਦੇਣਾ ਚਾਹੁੰਦਾ, ਇਕੱਲਾ ਖੂਨ ਦੇ ਹੀ ਉੱਥੇ ਟਿੱਕੇ ਨਹੀਂ ਲੱਗਦੇ। ਜਿਹੜੇ ਤੁਹਾਡੇ 'ਚੋਂ ਵੀਰ ਭੈਣਾਂ ਗਏ ਹੋਣਗੇ ਉਹਨਾਂ ਨੇ ਦੇਖਿਆ ਹੋਣਾ ਵੀ ਉੱਥੇ ਉਹ ਸੰਧੂਰ ਜੀ ਦੇ ਟਿੱਕੇ ਵੀ ਸਵੇਰੇ ਸ਼ਾਮ ਲਾਉਂਦੇ ਆ। ਅਤੇ ਸਾਡੀਆਂ ਜਿਹੜੀਆਂ ਇੱਥੋਂ ਸੰਗਤਾਂ ਮਾਈਆਂ ਭੈਣਾਂ ਵੀਰ ਜਾਂਦੇ ਨੇ ਨਾ ਰੇਲਾਂ ਭਰ ਕੇ ਗੱਡੀ 'ਤੇ ਜਾਂਦੇ ਆ, ਜਦੋਂ ਟਿੱਕੇ 'ਚ ਲਾਉਣ ਲੱਗਦੇ ਇਹਨਾਂ ਨੂੰ ਲੱਗਦਾ ਪਤਾ ਨਹੀਂ ਰਹਿ ਨਾ ਜਾਈਏ ਕਿਤੇ ਇੱਥੇ ਪਤਾ ਨਹੀਂ ਕੀ ਹੋ ਜਾਏਗਾ, ਉਹ ਭੱਜ ਭੱਜ ਕੇ ਮੱਥੇ ਗਾਂਹ ਕਰਦੇ ਆ, ਧੱਕੇ ਮਾਰ ਮਾਰ ਕੇ ਮੇਰੇ ਲਾ ਦੇ ਮੇਰੇ ਲਾ ਦੇ।
ਤੋ ਸਵਾਲ ਤੁਸੀਂ ਪੁੱਛਦੇ ਹੋ ਇਹ ਗੱਲ ਠੀਕ ਹੈ, ਪਰ ਇਹ ਧਿਆਨ ਵੀ ਰੱਖਣਾ ਵੀ ਜਿਹੜੇ ਟਿੱਕੇ ਉੱਥੇ ਹੋਰ ਵੀ ਲੱਗਦੇ ਉਹ ਵੀ ਸਾਡੇ ਲਈ ਮਨਮਤ ਹੈ। ਤੁਸੀਂ ਸਿੱਖ ਰਹਿਤ ਮਰਿਆਦਾ ਚੁੱਕ ਕੇ ਦੇਖੋ, ਉਹ ਫ੍ਰੀ ਵਿੱਚ ਛਾਪਦੀ ਹੈ, ਸ਼੍ਰੋਮਣੀ ਕਮੇਟੀ ਉਹਦਾ ਕੋਈ ਪੈਸਾ ਨਹੀਂ ਹੈ। ਛੋਟੀ ਜਿਹੀ ਇੱਕ ਕਿਤਾਬ ਹੈ ਸਿੱਖ ਰਹਿਤ ਮਰਿਆਦਾ। ਸਿੱਖ ਨੇ ਆਪਣੇ ਘਰਾਂ 'ਚ ਬੱਚਿਆਂ ਦੇ ਆਨੰਦ ਕਾਰਜ ਕੋਈ ਚੜ੍ਹਾਈ ਕਰ ਗਿਆ ਤਾਂ, ਜੇ ਕੋਈ ਜੰਮ ਪਿਆ ਤਾਂ, ਸਿੱਖ ਨੇ ਨਿਤਨੇਮ ਕਿਹੋ ਜਿਹਾ ਕਰਨਾ ਹੈ, ਸਿੱਖ ਦੀ ਰਹਿਣੀ ਕਿਹੋ ਜਿਹੀ ਹੋਣੀ ਚਾਹੀਦੀ, ਸਿੱਖ ਬੋਲਣਾ ਚਾਲਣਾ ਕਿਹੋ ਜਿਹਾ ਚਾਹੀਦਾ, ਸਿੱਖ ਦੀ ਦਿੱਖ ਕਿਹੋ ਜਿਹੀ ਚਾਹੀਦੀ, ਉਸ ਮਰਿਆਦਾ ਦੇ ਵਿੱਚ ਇਹ ਗੱਲਾਂ ਜਿਹੜੀਆਂ ਦ੍ਰਿੜ ਕਰਾਈਆਂ। ਸਿੱਖ ਨੇ ਕਿਹੜੇ ਕੰਮ ਕਰਨੇ, ਕਿਹੜੇ ਨਹੀਂ ਕਰਨੇ, ਦ੍ਰਿੜ ਕਰਾਇਆ। ਔਰ ਸਿੱਖ ਰਹਿਤ ਮਰਿਆਦਾ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਸਿੱਖ ਨੇ ਨਾ ਟਿੱਕੇ ਲਾਉਣੇ ਆ ਅਤੇ ਨਾ ਕਿਤਿਓਂ ਲਵਾਉਣੇ ਆ। ਤਾਂ ਗੁਰੂ ਸਵਾਰਿਓ, ਇਹ ਮਨਮਤ ਹੈ, ਪਖੰਡ ਹੈ, ਵਹਿਮ ਭਰਮ ਹੈ, ਗੁਰਦੁਆਰੇ ਦੀ ਮਰਿਆਦਾ ਨਹੀਂ ਹੈ। ਸਾਨੂੰ ਇਸ ਤੋਂ ਥੋੜ੍ਹਾ ਜਿਹਾ ਗੁਰੇਜ਼ ਕਰਨਾ ਚਾਹੀਦਾ ਹੈ। ਮੰਨ ਲਓ ਜੇ ਉਹ ਪ੍ਰਬੰਧਕ ਗਲਤ ਕਰਦੇ ਨੇ ਤਾਂ ਅਸੀਂ ਉਸ ਮਰਿਆਦਾ ਦਾ ਹਿੱਸਾ ਨਾ ਬਣੀਏ, ਉਹਨਾਂ ਗੱਲਾਂ ਤੋਂ ਪ੍ਰਭਾਵਿਤ ਨਾ ਹੋਈਏ, ਬਚ ਕੇ ਰਹੀਏ। ਅਗਲਾ ਸਵਾਲ ਹੈ ਜੀ ਕਿ ਨਿਸ਼ਾਨ ਸਾਹਿਬ ਦਾ ਜਿਹੜਾ ਚੋਲਾ ਉਹਦਾ ਰੰਗ ਕਿਹੜਾ ਹੋਣਾ ਚਾਹੀਦਾ ਹੈ, ਕਿਉਂਕਿ ਕਈ ਥਾਈਂ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਦੇ ਚੋਲੇ ਜਿਹੜੇ ਆ ਉਹ ਸਾਨੂੰ ਦਿਖਾਈ ਦਿੰਦੇ ਆ। ਸੋ ਇਹ ਭੈਣ ਜੀ ਹੋਣਾ ਵੱਲੋਂ ਸਵਾਲ ਸੀਗਾ ਕਿ ਸਾਨੂੰ ਕਿਹੜਾ ਜਿਹੜਾ ਚੋਲਾ ਵਾ ਉਹ ਕਿਸ ਰੰਗ ਦਾ ਚੜਾਉਣਾ ਚਾਹੀਦਾ। ਬਹੁਤ ਵਧੀਆ ਸਵਾਲ ਹੈ। ਪੰਥ ਪ੍ਰਵਾਨਿਤ ਰਹਿਤ ਮਰਿਆਦਾ ਵਿੱਚ ਚੋਲੇ ਦਾ ਰੰਗ ਲਿਖਿਆ ਹੈ ਬਸੰਤੀ ਅਤੇ ਸਰਮਈ। ਆ ਪਤਾ ਨਹੀਂ ਕਿੱਥੋਂ ਭਗਵਾ ਜਿਹਾ ਰੰਗ ਸਾਡੇ ਘਰਾਂ 'ਚ ਆ ਗਿਆ ਜੀ ਹੁਣ। ਆ ਭਗਵਾ ਰੰਗ ਜਿਹੜਾ ਅਸੀਂ ਬੰਨਦੇ ਹਾਂ ਨਾ, ਇਹ ਨਾਂ ਤਾਂ ਬਸੰਤੀ ਹੈ। ਬਸੰਤੀ ਰੰਗ ਕਿਹੜਾ? ਸਰੋਂ ਦੇ ਫੁੱਲ ਵਰਗਾ। ਇਹ ਜਿਹੜਾ ਕੇਸਰੀ ਰੰਗ ਹੈ ਨਾ, ਇਹ ਸਾਡਾ ਕੇਸਰੀ ਰੰਗ ਨਹੀਂ ਹੈਗਾ। ਇਸ ਵਾਸਤੇ ਇਹ ਦੋ ਰੰਗ ਨੇ, ਬਸੰਤੀ ਅਤੇ ਸਰਮਈ। ਅਗਲੀ ਗੱਲ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਨਿਸ਼ਾਨ ਸਾਹਿਬ ਨੂੰ ਕੱਚੀ ਲੱਸੀ ਜਾਂ ਦਹੀਂ ਨਾਲ ਨਵਾਇਆ ਜਾਂਦਾ ਹੈ, ਇਹ ਵੀ ਮਨਮਤ ਹੈ। ਹਾਂ, ਉਹਦੀਆਂ ਤਾਰਾਂ ਦੇਖੋ, ਉਹਦਾ ਤੁਸੀਂ ਉਹਦੇ ਕਲੰਪ ਜਿਹੜਾ ਵੀ ਉਹ ਦੇਖੋ। ਆ ਖਿਆਲ ਕਰਿਓ, ਅਠੌਲਾ ਇੱਕ ਪਿੰਡ ਹੈ ਜਲੰਧਰ ਦੇ ਕੋਲ, ਉੱਥੇ ਅਸੀਂ ਸਿੱਖੀ ਲਹਿਰ ਦੇ ਤਹਿਤ ਪ੍ਰੋਗਰਾਮ ਕਰਕੇ ਆਏ ਹਾਂ। ਉੱਥੇ ਨੌਜਵਾਨ ਬੱਚਾ ਗ੍ਰੰਥੀ ਸਾਹਿਬ ਦਾ 150 ਫੁੱਟ ਉੱਚਾ ਨਿਸ਼ਾਨ ਸਾਹਿਬ ਆ, ਉਹਦੀਆਂ ਤਾਰਾਂ ਜਿਹੜੀਆਂ ਸੀ ਗਲੀਆਂ ਹੋਈਆਂ ਸੀ। ਉਹ ਬੱਚਾ 150 ਫੁੱਟ ਤੋਂ ਥੱਲੇ ਡਿੱਗਿਆ ਗੁਰੂ ਪਿਆਰੇ, ਪਿਛਲੇ ਸਾਲ ਵਿਚਾਰਾ ਉਹਦੀ ਡੈਥ ਹੋ ਗਈ। ਇਸ ਵਾਸਤੇ ਸਾਨੂੰ ਨਾ ਮਨਮਤ ਵਾਲੇ ਪਾਸੇ ਜ਼ਿਆਦਾ ਲਗਾਇਆ ਜਾ ਰਿਹਾ। ਨਿਸ਼ਾਨ ਸਾਹਿਬ ਦੀਆਂ ਤਾਰਾਂ ਦੇਖੀਏ, ਸਹੀ ਨੇ, ਉਹਦਾ ਰੰਗ ਰੋਗਨ ਕਰੀਏ, ਆਪਾਂ ਵੀ ਜੰਗਾਲ ਨਾ ਲੱਗਿਆ ਹੋਇਆ ਹੋਵੇ। ਇਹ ਬਹੁਤ ਸਾਰੀਆਂ ਮਨਮਤਾਂ ਸਾਡੇ ਘਰ ਵਿੱਚ ਆਈਆਂ ਹੋਈਆਂ ਨੇ ਜਿਹੜੀਆਂ ਵਿਚਾਰ ਦੁਆਰਾ ਸਮਝੀਆਂ ਜਾ ਸਕਦੀਆਂ ਨੇ। ਇੱਕ ਇਤਿਹਾਸ ਦੇ ਨਾਲ ਸਵਾਲ ਹੈ ਜੀ, ਭਾਵੇਂ ਕਿ ਇਹ ਜਿਹੜਾ ਸਵਾਲ ਹੈ ਕਾਫੀ ਵਿਸਤਾਰ ਮੰਗਦਾ, ਪਰ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਸਵਾਲ ਹੈ ਉਹ ਕੁਝ ਮਿੰਟਾਂ ਦੇ ਵਿੱਚ ਵਿਚਾਰੇ ਜਾਣ, ਕਿ ਮੈਂ ਚਾਹੁੰਦਾ ਕਿ ਸੰਖੇਪ ਜੀ ਇਸ 'ਤੇ ਵਿਚਾਰ ਪੇਸ਼ ਕੀਤੀ ਜਾਵੇ ਜੀ, ਕਿ ਜਿੰਨੀਆਂ ਵੀ ਹੁਣ ਤੱਕ ਕਿਤਾਬਾਂ ਵੀਰ ਵੱਲੋਂ ਸਵਾਲ ਹੈ ਕਿ ਹਿਸਟਰੀ ਦੀਆਂ ਪੜ੍ਹੀਆਂ ਨੇ ਸਕੂਲ ਕਾਲਜ ਦੇ ਵਿੱਚ, ਤਾਂ ਉੱਥੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਜਨਮ ਦਿਹਾੜਾ ਉਹ ਲਿਖਿਆ 15 ਅਪ੍ਰੈਲ 1469 ਲਿਖਿਆ ਹੋਇਆ, ਅਤੇ ਅਪ੍ਰੈਲ ਦਾ ਮਤਲਬ ਵਿਸਾਖ ਲਗਭਗ ਹੁੰਦਾ। ਅਤੇ ਉਹ ਕਹਿੰਦੇ ਨੇ ਕਿ ਹੁਣ ਅਸੀਂ ਅਪ੍ਰੈਲ ਮਹੀਨੇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਦਿਹਾੜਾ ਕਿਉਂ ਨਹੀਂ ਮਨਾਉਂਦੇ? ਸਵਾਲ ਬਹੁਤ ਵੱਡਾ ਹੈ ਜੀ, ਅਹਿਮ ਸਵਾਲ ਹੈ, ਪੰਥ ਦਾ ਇੱਕ ਵੱਡਾ ਮਸਲਾ ਵੀ ਹੈ। ਸਵਾਲ ਆਇਆ, ਥੋੜ੍ਹਾ ਜਿਹਾ ਸੰਖੇਪ ਰੱਖ ਕੇ ਮੈਂ ਵਿਚਾਰ ਤੁਹਾਡੇ ਸਾਹਮਣੇ ਦੇ ਦਿੰਦਾ ਵੀ 15 ਅਪ੍ਰੈਲ 1469 ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੈ। ਸਕੂਲਾਂ 'ਚ ਕਿਤਾਬਾਂ ਇਤਿਹਾਦਿਕ ਅਤੇ ਸਭ ਕੁਛ ਇਹੀ ਪੜ੍ਹਦੇ ਹਾਂ। ਜਿਹੜੀਆਂ ਬਾਲੇ ਵਾਲੀ ਜਨਮ ਸਾਖੀ ਤੋਂ ਇਲਾਵਾ ਬਾਕੀ ਜਨਮ ਸਾਖੀਆਂ ਨੇ ਉਹ ਵੀ ਸਾਰੀਆਂ
ਵਿਸਾਖ ਦਾ ਹੀ ਮੰਨਦੀਆਂ ਨੇ, ਸਿਰਫ ਇੱਕ ਬਾਲੇ ਵਾਲੀ ਜਨਮ ਸਾਖੀ ਜਿਹੜੀ ਕੱਤਕ ਦਾ ਮੰਨਦੀ ਆ। ਤੁਸੀਂ ਪੁੱਛਦੇ ਹੋ ਵੀ ਅਪ੍ਰੈਲ ਵਿੱਚ ਕਿਉਂ ਨਹੀਂ ਮਨਾਇਆ ਜਾਂਦਾ, ਜਦੋਂ ਲਿਖਿਆ ਅਪ੍ਰੈਲ ਵਿੱਚ ਹੈ, ਵਿਸਾਖ ਦੇ ਵਿੱਚ ਲਿਖਿਆ, ਤਾਂ ਅਪ੍ਰੈਲ 'ਚ ਮਨਾਇਆ ਕਿਉਂ ਨਹੀਂ ਜਾਂਦਾ? ਇਹ ਸਵਾਲ ਜਿਹੜਾ ਹੈ, ਸ਼ਾਇਦ ਜਿਹੜੇ ਵੀਰ ਭੈਣਾਂ ਅਖਬਾਰਾਂ ਪੜ੍ਹਦੇ ਰਹਿੰਦੇ ਆ ਜਾਂ ਮੀਡੀਆ ਵਾਲੇ ਪਾਸੇ ਧਿਆਨ ਰੱਖਦੇ, ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਜਵਾਬ ਲੱਭ ਵੀ ਜਾਂਦਾ ਹੋਏਗਾ ਵੀ ਜਦੋਂ ਮਨਾਉਣ ਦੀ ਗੱਲ ਵੀ ਅਪ੍ਰੈਲ 'ਚ ਮਨਾਈਏ, ਜਿਹੜੇ ਗੁਰਪੁਰਬ ਸਾਡੇ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਨਿਯਤ ਕੀਤੇ ਸਨ, ਸਾਡਿਆਂ ਸਾਧਾਂ ਨੂੰ ਅਤੇ ਸਾਡਿਆਂ ਜਥੇਦਾਰਾਂ ਨੂੰ ਉਹ ਰਾਸ ਨਹੀਂ ਆਏ। ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਆ ਰਿਹਾ, ਭਲਾ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਕਦੋਂ ਦਾ ਫਿਕਸ ਕੀਤਾ ਸੀ? 16 ਜੂਨ ਦਾ, ਅਤੇ ਕਦੋਂ ਆ ਰਿਹਾ ਬੁਲਾਉਣ? 1 ਜੂਨ ਨੂੰ। ਇਹ ਐਤਕੀ 1 ਜੂਨ ਨੂੰ ਆ ਰਿਹਾ, ਅਗਲੀ ਵਾਰ ਫਿਰ ਵੇਖਿਓ ਭਲਾ ਵੀ ਹੁਣ ਇਹ ਦੱਸਣ ਵੀ ਕਦੋਂ ਆ ਰਿਹਾ। ਜਦੋਂ ਇੱਕ ਤਰੀਕ ਫਿਕਸ ਹੋ ਜਾਏ, ਆਪੇ ਸਾਰੇ ਲੋਕਾਂ ਨੂੰ ਪਤਾ ਹੋਵੇ, ਸਿੱਖਾਂ ਤੋਂ ਇਲਾਵਾ ਦੂਜਿਆਂ ਨੂੰ ਵੀ ਪਤਾ ਹੋਵੇ ਵੀ 16 ਤਰੀਕ ਆ ਰਹੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਹੈ, 5 ਜਨਵਰੀ ਆ ਰਹੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਹੈ, ਫਿਕਸ ਤਰੀਕ ਹੋ ਜਾਏ, ਐਂ ਸਾਰੇ ਲੋਕਾਂ ਨੂੰ ਪਤਾ ਹੋਵੇ, ਸਰਕਾਰ ਨੂੰ ਪਤਾ ਹੋਵੇ ਵੀ ਆਹ ਤਰੀਕ ਆ ਰਹੀ, ਇਹਨਾਂ ਨੇ ਛੁੱਟੀ ਜਿਹੜੀ ਇਹਨਾਂ ਨੇ ਕਰਨੀ ਹੈ। ਸਾਡੇ ਲੋਕਾਂ ਨੇ ਉਸ ਪਾਸੇ ਧਿਆਨ ਨਹੀਂ ਦਿੱਤਾ, ਔਰ ਗੁਰੂ ਸਵਾਰਿਓ ਸਹਿਜ ਇਹ ਜਿਹੜੀ ਪਰੰਪਰਾ ਹੈ ਪੱਕਦੀ ਪੱਕ ਗਈ। ਨਾਨਕਸ਼ਾਹੀ ਕੈਲੰਡਰ ਦੇ ਵਿੱਚ ਇਹ ਵਿਵਸਥਾ ਕੀਤੀ ਗਈ ਸੀ, ਉਹਨਾਂ ਨੇ ਮਾਨਤਾ ਦਿੱਤੀ ਸੀ, ਪਰ ਨਾਲ ਥੱਲੇ ਇੱਕ ਨੋਟ ਲਿਖ ਦਿੱਤਾ ਸੀ, ਪੰਥਕ ਫੈਸਲਾ ਹੋਣ ਤੱਕ ਕੋਈ ਵੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਅਜੇ ਅਪ੍ਰੈਲ ਵਿੱਚ ਨਾ ਮਨਾਵੇ ਜਿੰਨੀ ਦੇਰ ਤੱਕ ਉਹ ਫੈਸਲਾ ਨਹੀਂ ਹੁੰਦਾ। ਸੋ ਇਹ ਮਾਨਤਾ ਨਾਨਕਸ਼ਾਹੀ ਕੈਲੰਡਰ ਵਿੱਚ ਦੇ ਦਿੱਤੀ ਗਈ ਸੀ। ਜੇ ਕਿਸੇ ਵੀਰ ਭੈਣ ਨੇ ਇਸ ਬਾਬਤ ਹੋਰ ਵੀ ਖਿਆਲ ਪੜ੍ਹਨੇ ਹੋਣ ਤਾਂ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਕੱਤਕ ਕੇ ਵਿਸਾਖ ਸਟਾਲ ਦੇ ਉੱਤੇ ਪਈ ਹੈ, ਕੱਤਕ ਕੇ ਵਿਸਾਖ ਤੁਸੀਂ ਕਿਤਾਬ ਲੈ ਕੇ ਉਹਨੂੰ ਵਿਸਥਾਰ ਵਿੱਚ ਵਧੇਰੇ ਜਾਣਕਾਰੀ ਲਈ ਹੋਰ ਪੜ੍ਹ ਸਕਦੇ ਹੋ ਜੀ। ਇਹ ਠੀਕ ਗੱਲ ਹੈ ਕਿ ਸਾਨੂੰ ਜਿਹੜੇ ਦਿਨ ਨੇ ਉਹ ਤੈਅ ਕਰਨੇ ਚਾਹੀਦੇ ਤਰੀਕਾਂ। ਜੇ ਜਿਹੜੇ ਥੋੜ੍ਹੇ ਬਹੁਤੇ ਮਾਈ ਭਾਈ ਸਰਕਾਰੀ ਦਫ਼ਤਰਾਂ ਵਿੱਚ ਜਾਂਦੇ ਨੇ, ਉਹਨਾਂ ਨੂੰ ਵੀ ਇਹ ਯਾਦ ਰਹਿੰਦਾ ਹੈ ਕਿ 25 ਦਸੰਬਰ ਨੂੰ ਕ੍ਰਿਸਮਿਸ ਹੁੰਦੀ ਹੈ, ਅਤੇ ਜਿਹੜੇ ਕ੍ਰਿਸਮਿਸ ਦੇ ਨਾਲ ਸੰਬੰਧਿਤ ਰੱਖਣ ਵਾਲੇ ਈਸਾਈ ਮਤ ਨਾਲ ਜਿਨ੍ਹਾਂ ਦਾ ਵਾਹ ਵਾਸਤਾ ਹੈ, ਉਹਨਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਪਤਾ ਹੁੰਦਾ ਹੈ ਕਿ ਇਹ ਜਿਹੜਾ 25 ਦਸੰਬਰ ਦਾ ਦਿਨ ਹੈ ਇਹ ਕ੍ਰਿਸਮਿਸ ਡੇ ਹੈ, ਪਰ ਸਾਨੂੰ ਕੋਈ ਇਤਿਹਾਸਿਕ ਦਿਹਾੜਾ ਯਾਦ ਨਹੀਂ ਹੁੰਦਾ। ਕਾਰਨ ਇਹੋ ਹੀ ਹੈ ਕਿ ਆਪੋ ਆਪਣੇ ਕੈਲੰਡਰ ਬਣਾ ਕੇ ਅਸੀਂ ਚੱਲੇ ਹੋਏ ਹਾਂ। ਜ਼ਰੂਰਤ ਹੈ ਕਿ ਇੱਕ ਜਿਹੜੀ ਡੇਟ ਹੈ ਉਹ ਫਿਕਸ ਕੀਤੀ ਜਾਵੇ ਜੀ। ਅਗਲਾ ਸਵਾਲ ਗਿਆਨੀ ਜੀ ਹੋਣਾਂ ਵਾਸਤੇ ਆਇਆ ਕਿ ਅਖੰਡ ਪਾਠ ਸਾਹਿਬ ਅਤੇ ਸਹਿਜ ਪਾਠ ਦੋਵਾਂ ਦੇ ਵਿੱਚੋਂ ਕਿਹੜਾ ਜ਼ਰੂਰੀ ਹੈ, ਜਿਹਦੇ ਤੋਂ ਅਸੀਂ ਜ਼ਿਆਦਾ ਲਾਭ ਪ੍ਰਾਪਤ ਕਰ ਸਕਦੇ ਹਾਂ, ਔਰ ਸਹਿਜ ਪਾਠ ਦਾ ਕਿੰਨਾ ਕੁ ਸਮਾਂ ਹੈ ਜਿਹੜਾ ਵੱਧ ਤੋਂ ਵੱਧ ਅਸੀਂ ਪਾਠ ਜਿਹੜਾ ਹੈ ਉਹ ਇੰਨੇ ਕੁ ਦਿਨਾਂ 'ਚ ਜਾਂ ਇੰਨੇ ਕੁ ਮਹੀਨਿਆਂ ਵਿੱਚ ਕਰ ਲਈਏ ਜੀ? ਗੁਰੂ ਪਿਆਰਿਓ, ਸਹਿਜ ਪਾਠ ਅਸਲ ਵਿੱਚ ਹੁੰਦਾ ਸੀ ਇਹ ਨਾ ਸਧਾਰਨ ਪਾਠ। ਇਹਦਾ ਅਰਥ ਕੀ ਸੀ? ਸਧਾਰਨ ਅਵਸਥਾ ਵਿੱਚ ਮੰਜੇ 'ਤੇ ਬੈਠ ਕੇ ਉੱਥੇ ਸਿਰਾਣੇ ਉੱਤੇ ਰੱਖ ਕੇ ਜਾਂ ਕੱਪੜਾ ਵਿਛਾ ਕੇ ਰੇਲ ਲੈ ਕੇ ਉਹਦੇ 'ਤੇ ਕੱਪੜਾ ਰੱਖ ਕੇ ਉੱਥੇ ਉੱਤੇ ਰੱਖ ਕੇ ਤੁਸੀਂ ਪਾਠ ਕਰ ਸਕਦੇ ਸੀ। ਸਹਿਜ ਦਾ ਅਰਥ ਹੈਗਾ ਵੀ ਆਰਾਮ ਦੇ ਨਾਲ ਪਾਠ ਪੜ੍ਹਨਾ। ਅਖੰਡ ਪਾਠ ਦਾ ਅਰਥ ਹੈਗਾ ਵੀ ਲਗਾਤਾਰ ਬਾਣੀ ਪੜ੍ਹਨੀ ਹੈ, ਸਮਾਂ ਸਾਡੇ ਕੋਲ ਥੋੜ੍ਹਾ ਆ ਅਤੇ ਬਾਣੀ ਪੜ੍ਹ ਕੇ ਆਪਾਂ ਭੋਗ ਪਾਉਣਾ ਹੈ ਲਗਾਤਾਰ। ਇਸ ਵਾਸਤੇ ਗੁਰੂ ਪਿਆਰੇ ਮਹਾਤਮ ਜਿਹੜਾ ਹੈ ਨਾ, ਉਹਦੀ ਕਹਾਣੀ ਨਹੀਂ ਕੋਈ ਵੀ ਹੈਗੀ। ਮਹਾਤਮ ਦਾ ਅਰਥ ਹੈਗਾ ਗੁਰਬਾਣੀ ਨੂੰ ਸਮਝਣਾ ਅਤੇ ਉਹਨੂੰ ਜੀਵਨ ਦੇ ਵਿੱਚ ਲੈ ਕੇ ਆਉਣਾ। ਚਾਹੇ ਅਖੰਡ ਪਾਠ ਸਾਹਿਬ ਤੋਂ ਸਾਨੂੰ ਤੁਕ ਦੀ ਸਮਝ ਆ ਜਾਵੇ, ਸਹਿਜ ਪਾਠ ਤੋਂ ਤੁਕ ਦੀ ਸਮਝ ਆਵੇ, ਕੀਰਤਨ ਤੋਂ ਸਮਝ ਆ ਜਾਵੇ, ਕਥਾ ਵਿਚਾਰ ਤੋਂ ਸਮਝ ਆ ਜਾਵੇ,
ਮੈਂ ਜਿਵੇਂ ਆਰੰਭ 'ਚ ਬੇਨਤੀ ਕੀਤੀ ਸੀ ਕਿ ਹਰ ਗੁਰਸਿੱਖ ਮਾਈ ਭਾਈ ਨੂੰ ਗੁਰਮੁਖੀ ਅੱਖਰ ਸਿੱਖ ਕੇ ਗੁਰਬਾਣੀ ਦਾ ਪਾਠ ਨਿਤਾ ਪ੍ਰਤੀ ਕਰਦੇ ਰਹਿਣਾ ਚਾਹੀਦਾ ਹੈ। ਹੁਣ ਜਿਵੇਂ ਸ਼ਹੀਦੀ ਪੁਰਬ ਆ ਰਿਹਾ, ਸ਼ਹੀਦੀ ਪੁਰਬ ਉੱਤੇ ਇਸ ਸਥਾਨ ਦੇ ਉੱਤੇ ਅੱਜ ਹੀ ਇੱਕ ਆਪਾਂ ਪ੍ਰਣ ਕਰ ਲਈਏ ਕਿ ਆਪਾਂ ਸਹਿਜ ਪਾਠ ਆਰੰਭ ਕਰ ਲਈਏ। ਅਤੇ ਇੱਕ ਕਾਪੀ ਰੱਖ ਲਓ, ਕੋਈ ਇੱਕ ਸ਼ਬਦ ਪੜ੍ਹ ਕੇ ਜਾਵੇ, ਦੋ ਸ਼ਬਦ ਪੜ੍ਹ ਕੇ ਜਾਵੇ, ਲਿਖ ਲਓ, ਅਤੇ 16 ਜੂਨ ਤੱਕ ਸਾਰੇ ਜਿਹੜਾ ਵੀ ਉਹ ਪਾਠ ਦੀ ਜਿਹੜੀ ਸਮਾਪਤੀ ਹੋ ਸਕਦੀ ਹੈ। ਇਸ ਵਾਸਤੇ ਗੁਰੂ ਪਿਆਰ ਵਾਲਿਓ, ਸਾਨੂੰ ਸਾਰਿਆਂ ਨੂੰ ਬਾਣੀ ਜਿਹੜੀ ਆ ਵੀ ਉਹ ਪੜ੍ਹਨੀ ਚਾਹੀਦੀ ਆ। ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਠੇਕੇ ਵਾਲੇ ਪਾਠਾਂ ਦੁਆਰਾ ਅਖੰਡ ਪਾਠ ਦੀ, ਅਖੰਡ ਪਾਠ ਦੀ ਤਾਂ ਸ਼ੁਰੂਆਤ ਇਸ ਤਰ੍ਹਾਂ ਹੋਈ ਵੀ ਸਾਡੇ ਕੋਲ ਸਮਾਂ ਥੋੜ੍ਹਾ ਜਿਹਾ, ਸਾਰਿਆਂ ਬਾਣੀ ਪੜ੍ਹਨੀ ਸੀ, ਇਹ ਸ਼ੁਰੂਆਤ ਹੋ ਗਈ। ਵੈਸੇ ਬਾਣੀ ਬੜੇ ਆਰਾਮ ਨਾਲ ਸਹਿਜ ਕੇ ਵਿਚਾਰ ਕੇ ਪੜ੍ਹੀਏ ਤਾਂ ਕਿ ਸਾਨੂੰ ਸਿੱਖਿਆ ਜਿਹੜੀ ਉਹ 'ਚੋਂ ਪ੍ਰਾਪਤ ਹੋ ਸਕੇ। ਸਵਾਲ ਅਜੇ ਸਾਡੇ ਕੋਲ ਕਾਫੀ ਛੋਟੇ ਛੋਟੇ ਸਨ, ਪਰ ਕਿਉਂਕਿ ਸਮਾਂ ਵੀ ਵਧੀਕ ਹੋ ਚੁੱਕਾ ਹੈ ਅਤੇ ਗਰਮੀ ਵੀ ਹੈ, ਸਾਹਮਣੇ ਦੇਖ ਰਹੇ ਹਾਂ ਕਿ ਵੀ ਮਾਈ ਭਾਈ ਜਿਹੜੇ ਉਹ ਪੱਖੀਆਂ ਚੱਲ ਰਹੇ ਨੇ, ਅਤੇ ਅਸੀਂ ਵੀ ਵਾਪਸ ਪਹੁੰਚਣਾ ਹੈ ਕਿਉਂਕਿ ਜਿਹੜੇ ਨੌਜਵਾਨ ਦੀ ਡੈਥ ਹੋਈ ਹੈ ਉਹਦੇ ਦੇਹ ਨੂੰ, ਉਹਦੇ ਸਰੀਰ ਨੂੰ ਲੁਧਿਆਣੇ ਕਾਲਜ ਵਿਖੇ ਹੀ ਲਿਆਂਦਾ ਗਿਆ ਹੈ ਅਤੇ ਸਵੇਰੇ ਉਹਦਾ ਅੰਤਮ ਸੰਸਕਾਰ ਵੀ ਹੋਣਾ, ਸੰਗਤਾਂ ਉੱਥੇ ਵੀ ਜੁੜੀਆਂ ਹੋਈਆਂ ਨੇ। ਸੋ ਇੱਕ ਸਵਾਲ ਕਰਕੇ ਅਤੇ ਇੱਥੇ ਆਪ ਜੀ ਪਾਸੋਂ ਅਸੀਂ ਖਿਮਾ ਚਾਹਾਂਗੇ। ਹਾਂ, ਬਾਕੀ ਜੇਕਰ ਤੁਸੀਂ ਆਪ ਅਜਿਹੇ ਅਣਗਿਣਤ ਸਵਾਲਾਂ ਦੇ ਜਵਾਬ ਖੁਦ ਪੜ੍ਹਨਾ ਚਾਹੁੰਦੇ ਹੋ ਤਾਂ ਉੱਥੇ ਸਟਾਲ ਦੇ ਉੱਤੇ ਕੁਝ ਚੋਣਵੀਆਂ ਪੁਸਤਕਾਂ ਹਨ, ਜਿਵੇਂ ਧਾਰਮਿਕ ਸੰਸਕਾਰਾਂ ਨਾਲ ਜੁੜੇ ਵਹਿਮ ਭਰਮ, ਡਾਕਟਰ ਪੂਰਨ ਸਿੰਘ ਦੀ ਕਿਤਾਬ ਬਹੁਤ ਸੋਹਣੀ ਹੈ, ਇਸੇ ਤਰ੍ਹਾਂ ਗੁਰਮਤ ਮਾਰਤੰਡ 2 ਭਾਗਾਂ ਵਿੱਚ ਭਾਈ ਕਾਨ ਸਿੰਘ ਨਾਭਾ ਜੀ ਦਾ ਮਹਾਨ ਕੋਸ਼ ਹਮ ਹਿੰਦੂ ਨਹੀਂ, ਔਰ ਭਾਈ ਗੁਰਦਾਸ ਜੀ ਦੀਆਂ ਕਵਿਤ ਵਾਰਾਂ, ਬਹੁਤ ਸਾਰੀਆਂ ਉੱਥੇ ਚੋਣਵੀਆਂ ਕਿਤਾਬਾਂ ਹਨ ਜਿਨ੍ਹਾਂ ਨੂੰ ਤੁਸੀਂ ਆਪ ਪੜ੍ਹ ਕੇ ਇਹਨਾਂ ਛੋਟੇ ਛੋਟੇ ਸ਼ੰਕੇ ਅਤੇ ਸਵਾਲਾਂ ਨੂੰ ਆਪ ਹੱਲ ਕਰ ਸਕਦੇ ਹੋ। ਇੱਕ ਇਹਨਾਂ ਰਹਿੰਦੇ ਹੋਏ ਸਵਾਲਾਂ ਦੇ ਵਿੱਚੋਂ ਮੈਂ ਇੱਕ ਸਵਾਲ ਕਰ ਦਿੰਦਾ ਹਾਂ, ਬਾਕੀ ਜਿਹੜੇ ਸਵਾਲ ਰਹਿ ਜਾਣਗੇ ਆਉਣ ਵਾਲੇ ਦੀਵਾਨਾਂ ਦੇ ਵਿੱਚ ਉਹਨਾਂ ਦੇ ਉੱਤਰ ਦਿੱਤੇ ਜਾਣਗੇ। ਅਤੇ ਇਹਨਾਂ ਨੂੰ ਜੇਕਰ ਤੁਸੀਂ ਸੁਣਨਾ ਵੀ ਚਾਹੋ ਤਾਂ ਜਿਵੇਂ ਇੱਥੇ ਸਥਾਨਕ ਸੰਗਤ ਹਾਜ਼ਰੀ ਭਰ ਰਹੀ ਹੈ, ਉੱਥੇ ਅਸੀਂ ਥੋੜ੍ਹਾ ਜਿਹਾ ਯਤਨ ਕੀਤਾ ਹੈ ਕਿ ਇੰਟਰਨੈੱਟ ਮਾਧਿਅਮ ਰਾਹੀਂ ਜਿਹੜੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਆਪਣੇ ਘਰਾਂ ਵਿੱਚ ਵੀ ਰੋਜ਼ਾਨਾ ਇਹਨਾਂ ਦੀਵਾਨਾਂ ਨੂੰ ਲਾਈਵ ਸੁਣ ਸਕਦੇ ਨੇ, ਤੁਸੀਂ ਨੋਟ ਕਰ ਸਕਦੇ ਹੋ। ਇੱਕ ਵੈਬਸਾਈਟ ਹੈ ਸਾਡੀ sikhilehar.com, ਉਹਦੇ ਉੱਤੇ ਇਹ ਸਾਰਾ ਸਮਾਗਮ ਲਾਈਵ ਚੱਲਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਦੇ ਕੋਲ ਆਈਫੋਨ ਜਾਂ ਐਂਡਰਾਇਡ ਫੋਨ ਹਨ, ਉਹ ਐਪ ਸਟੋਰ ਦੇ ਵਿੱਚ ਜਾ ਕੇ ਸਿੱਖੀ ਲਹਿਰ ਰੇਡੀਓ ਇਹ ਐਪਲੀਕੇਸ਼ਨ ਡਾਊਨਲੋਡ ਕਰ ਲੈਣ। 24 ਘੰਟੇ ਇੰਟਰਨੈੱਟ ਮਾਧਿਅਮ ਰਾਹੀਂ ਇਸ 'ਤੇ ਤੁਸੀਂ ਗੁਰਮਤ ਵਿਚਾਰਾਂ ਸ਼੍ਰਵਣ ਕਰ ਸਕਦੇ ਹੋ ਜੀ। ਅਤੇ ਜਿਹੜੇ ਸਵਾਲ ਰਹਿ ਜਾਣਗੇ ਉਹਨਾਂ ਸਵਾਲਾਂ ਦੇ ਜਵਾਬ ਅਸੀਂ ਮੈਗਜ਼ੀਨ ਦੇ ਵਿੱਚ ਮਹੀਨਾਵਾਰ ਜੋ ਪ੍ਰਕਾਸ਼ਿਤ ਹੁੰਦਾ ਉਹਦੇ ਵਿੱਚ ਵੀ ਦੇਣ ਦਾ ਅਸੀਂ ਯਤਨ ਕਰਾਂਗੇ ਜੀ। ਅਖੀਰਲਾ ਸਵਾਲ ਹੈ ਜੀ ਕਿ ਗੁਰਦੁਆਰਾ ਸਾਹਿਬ ਜਦੋਂ ਅਸੀਂ ਇਤਿਹਾਸਕ ਸਥਾਨਾਂ 'ਤੇ ਜਾਂਦੇ ਹਾਂ ਅਤੇ ਉੱਥੇ ਸਰੋਵਰ ਬਣੇ ਹੁੰਦੇ ਨੇ ਅਤੇ ਕਈ ਮਾਈ ਭਾਈ ਉੱਥੋਂ ਚੂੜਾ ਲੈ ਕੇ ਅਤੇ ਛਕਦੇ ਹਨ, ਤਾਂ ਕੀ ਇਸ ਤਰ੍ਹਾਂ ਕਰਨਾ ਚਾਹੀਦਾ ਜੀ? ਇਹਦੇ ਨਾਲ ਕੋਈ ਸਾਨੂੰ ਪ੍ਰਾਪਤੀ ਹੁੰਦੀ ਹੈ? ਇੱਥੇ ਹੀ ਸਮਾਪਤੀ ਹੈ ਜੀ। ਸਤਿ ਸੰਗਤ ਜੀ, ਸਾਡਾ ਗੁਰੂ ਕੌਣ ਹੈ? ਭੁਲੇਖਾ ਹੈ ਕੋਈ ਇੰਨਾ ਢਿੱਲਾ ਜਿਹਾ ਜਵਾਬ? ਮੇਰੀਆਂ ਭੈਣਾਂ ਤਾਂ ਮੇਰੀਆਂ ਮਾਵਾਂ ਬੈਠੀਆਂ ਨੇ, ਬੋਲਦੀਆਂ ਹੀ ਨਹੀਂ। ਸਾਡਾ ਗੁਰੂ ਕੌਣ ਹੈ ਜੀ? ਧੰਨ ਸ੍ਰੀ ਗੁਰੂ। ਆਪਾਂ ਪਹਿਲਾਂ ਵੀ ਤੁਕਾਂ ਪੜ੍ਹ ਕੇ ਹਟੇ ਹਾਂ। ਸਾਡਾ ਗੁਰੂ ਕੌਣ ਹੈ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਾਨੂੰ ਚੁਲੇ ਭਰਨ ਨੂੰ ਕਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਚੁਲੇ ਭਰੋ। ਆਓ ਵੇਖੀਏ ਕਿਹੜੇ ਚੁਲੇ ਭਰਨੇ ਆ। ਅੰਮ੍ਰਿਤ ਨਾਮ ਨਿਧਾਨ ਹੈ,
ਮਿਲ ਪੀਵੋ ਭਾਈ ਭਾਈ, ਤੁਸੀਂ ਅੰਮ੍ਰਿਤ ਨਾਮ ਨੂੰ ਪੀਣਾ ਹੈ, ਰਲ ਮਿਲ ਕੇ ਪੀਣਾ ਹੈ। ਇੱਕ ਹੋਰ ਸੁਣੋ, ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੇ। ਅੰਮ੍ਰਿਤ ਇੱਕ ਹੀ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਵਿਚਾਰ ਸਿੱਖਿਆ। ਦੂਜਾ ਸਾਡੇ ਕੋਲ ਪੰਥਕ ਤੌਰ 'ਤੇ ਜਿਹੜੀ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਉਹ ਹੈ ਖੰਡੇ ਕੀ ਪੌਲ। ਸਾਨੂੰ ਪੂਰਨ ਅਧਿਕਾਰ ਹੈ, ਸੱਚੇ ਪਾਤਸ਼ਾਹ ਜੀ ਨੇ ਕੋਈ ਵਿਤਕਰਾ ਨਹੀਂ ਕੀਤਾ, ਕੋਈ ਕਿਸੇ ਵੀ ਰੰਗ ਦਾ, ਕਿਸੇ ਵੀ ਨਸਲ ਦਾ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਬਿਨਾਂ ਭੇਦਭਾਵ ਦੇ ਖੰਡੇ ਕੀ ਪੌਲ ਲੈ ਸਕਦਾ, ਔਰ ਕੋਈ ਵਿਤਕਰਾ ਨਹੀਂ, ਕੋਈ ਵੀ ਵਿਅਕਤੀ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਆਪਣੇ ਘਰ ਵਿੱਚ ਬੈਠ ਕੇ ਬਾਣੀ ਪੜ੍ਹ ਸਕਦਾ ਹੈ। ਰਹੀ ਗੱਲ ਥਾਂ ਥਾਂ ਤੋਂ ਚੁਲੇ ਭਰਨ ਦੀ, ਜਦੋਂ ਸਿੱਖ ਰਹਿਤ ਮਰਿਆਦਾ ਪੜ੍ਹਦੇ ਹੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋ, ਤਾਂ ਇਹ ਭੁਲੇਖਾ ਦੂਰ ਹੋ ਜਾਂਦਾ ਵੀ ਜਿਹੜੀ ਕਦੀ ਇੱਥੋਂ ਚੁਲਾ ਭਰ ਲਿਆ। ਤੁਸੀਂ ਹੋਰ ਵੇਖਿਆ ਹੋਣਾ ਗੁਰਦੁਆਰੇ ਵਿੱਚ ਆਉਂਦਿਆਂ ਜਿਹੜਾ ਪੈਰ ਧੋਣ ਵਾਸਤੇ ਬਣਾਇਆ ਹੁੰਦਾ ਨਾ ਥਾਂ 'ਚ ਬੱਚਾ, ਉੱਥੋਂ ਲੋਕ ਪਾਣੀ ਚੁਲੇ ਭਰਦੇ ਆ, ਉਹ ਕੋਈ ਉੱਤੋਂ ਦੀ ਸੁੱਟ ਰਿਹਾ। ਕਈ ਮੈਂ ਵੇਖੇ ਉੱਥੋਂ ਸ਼ੀਸ਼ੀਆਂ ਭਰ ਕੇ ਘਰਾਂ ਨੂੰ ਲਈ ਜਾਂਦੇ, ਉਹ ਘਰ ਜਾ ਕੇ ਛੱਟੇ ਦੇਈ ਜਾਂਦੇ ਆ, ਕਈ ਬਾਲਟੀਆਂ 'ਚ ਪਾ ਪਾ ਘਰੇ ਜਾ ਕੇ ਨਹਾਈ ਜਾਂਦੇ ਆ। ਹੁਣ ਨਾ ਕਈ ਵਿਅਕਤੀਆਂ ਨੂੰ ਅਸੀਂ ਪੁੱਛਿਆ ਵੀ ਇਹ ਕੀ ਕਰਦੇ ਹੋ, ਕਹਿੰਦੇ ਵੀ ਇਹ ਜਿਹੜਾ ਚਰਨਾਮ੍ਰਿਤ ਪੀਣ ਨਾਲ ਨਿਮਰਤਾ ਆਉਂਦੀ ਹੈ। ਠੀਕ ਆ, ਤੁਸੀਂ ਚਰਨਾਮ੍ਰਿਤ ਪੀ ਕੇ ਗੁਰਦੁਆਰੇ 'ਚ ਵੜੇ, ਚਰਨਾਮ੍ਰਿਤ ਪੀ ਕੇ ਅੰਦਰ ਗਏ ਨਾ, ਅਤੇ ਜੇ ਤੁਹਾਨੂੰ ਅੰਦਰੋਂ ਕੜਾਹ ਪ੍ਰਸ਼ਾਦ ਨਾ ਮਿਲੇ, ਦੋ ਮਿੰਟ ਲੰਗਰ ਲੇਟ ਹੋ ਜਾਏ, ਫਿਰ ਨਿਮਰਤਾ ਕਿੱਥੇ ਜਾਂਦੀ ਭਲਾ? ਉਹ ਨਿਮਰਤਾ ਤਾਂ ਉੱਥੇ ਲੱਭਦੀ ਕੋਈ ਨਹੀਂ। ਫਿਰ ਹੋਰ ਵੇਖੋ, ਜਦੋਂ ਆਪਾਂ ਗੁਰਦੁਆਰੇ ਜਾਂਦੇ ਹਾਂ ਮੂੰਹ ਧੋ ਕੇ, ਪੈਰ ਧੋ ਕੇ, ਸਾਫ਼ ਸੁਥਰੇ ਕੱਪੜੇ ਪਾ ਕੇ, ਫਿਰ ਕਈ ਵਾਰੀ ਗੁਰਦੁਆਰੇ ਜਾ ਕੇ ਫਿਰ ਹੱਥ ਪੈਰ ਧੋਤੇ ਜਾਂਦੇ ਆ ਵੀ ਆਪਾਂ ਸਾਫ਼ ਸੁਥਰੇ ਹੋ ਕੇ ਅੰਦਰ ਜਾਈਏ। ਇੱਦਾਂ ਹੀ ਕਰਦੇ ਨਾ ਜੀ, ਕੋਈ ਜੂਠੇ ਹੱਥ ਲੈ ਕੇ ਤਾਂ ਨਹੀਂ ਅੰਦਰ ਜਾਂਦਾ, ਕੋਈ ਗੰਦੇ ਪੈਰ ਲੈ ਕੇ ਅੰਦਰ ਤਾਂ ਨਹੀਂ ਜਾਂਦਾ। ਹੁਣ ਧਿਆਨ ਨਾਲ ਵੇਖਿਓ, ਹੱਥ ਧੋ ਲੈ, ਮੂੰਹ 'ਤੇ ਛੱਟੇ ਮਾਰ ਲੈ, ਕੱਪੜੇ ਸਾਫ਼ ਸੁਥਰੇ ਘਰੋਂ ਪਾ ਕੇ ਆਏ ਹਾਂ, ਜਦੋਂ ਅਸੀਂ ਉਹ ਪਾਣੀ ਵਿੱਚ ਦੀ ਨਿਕਲਣ ਲੱਗੇ ਅਸੀਂ ਪੈਰ ਧੋਣੇ ਸੀ ਵੀ ਪੈਰਾਂ ਨੂੰ ਮਿੱਟੀ ਵਗੈਰਾ ਨਾ ਲੱਗੀ ਹੋਵੇ, ਅਸੀਂ ਅੰਦਰ ਚਾਦਰਾਂ 'ਤੇ ਦਰੀਆਂ 'ਤੇ ਜਾ ਕੇ ਬੈਠਣ ਆਇਆ। ਅੰਦਰ ਬੈਠਣ ਦਾ ਸਤਸੰਗ ਕਰਨ ਦਾ ਸਾਡਾ ਜਿਹੜਾ ਹੈ ਵਿਧਾਨ ਹੈ। ਗੁਰਦੁਆਰੇ ਦੇ ਅੰਦਰ ਨੰਗੇ ਗੰਦੇ ਪੈਰ ਲੈ ਕੇ ਨਾ ਜਾਈਏ, ਮਿੱਟੀ ਘਟਾ ਨਾ ਜਾਵੇ, ਇਸ ਲਈ ਸਫਾਈ ਦਾ ਪ੍ਰਬੰਧ ਸੀਗਾ। ਅੱਛਾ, ਹੱਥ ਧੋ ਲੈ, ਪਾਣੀ ਮੂੰਹ 'ਤੇ ਵੀ ਛੱਟਾ ਮਾਰ ਲਏ, ਸਾਫ਼ ਸੁਥਰੇ ਜਾਣਾ ਸੀ ਗੁਰਦੁਆਰੇ, ਹੁਣ ਹੱਥ ਧੋ ਕੇ ਪੈਰ ਧੋ ਕੇ ਮੂੰਹ 'ਤੇ ਵੀ ਛੱਟੇ ਮਾਰ ਲਏ, ਪਰ ਉੱਥੇ ਪਾਣੀ 'ਚ ਖਲੋ ਕੇ ਉਹ ਜਿਹੜਾ ਪੈਰਾਂ ਵਾਲਾ ਪਾਣੀ ਉੱਤੇ ਫਿਰ ਸੁੱਟ ਲਿਆ, ਹੁਣ ਹੱਥ ਜਿਹੜੇ ਉਹ ਪੈਰਾਂ ਵਾਲੇ ਪਾਣੀ ਵਾਲੇ ਹੋਏ ਕਿ ਨਹੀਂ ਹੋਏ, ਹੋਇਆ ਕਿ ਨਹੀਂ ਹੋਏ? ਉਤਰਾ ਹੀ ਗੁਰਦੁਆਰੇ ਚਲੇ ਗਏ, ਉਹੋ ਹੀ ਹੱਥ ਜਾ ਕੇ ਉਹਨਾਂ ਨੇ ਪ੍ਰਸ਼ਾਦ ਲੈ ਲਿਆ, ਉਹੋ ਹੀ ਹੱਥ ਜਿਹੜੇ ਆ ਉਹ ਕੋਈ ਜਾ ਕੇ ਅਤੇ ਉੱਥੇ ਅੰਦਰ ਕਿਤੇ ਨਾ ਕਿਤੇ ਆਸੇ ਪਾਸੇ ਉਹ ਵਰਤਣ ਦੀ ਕੋਸ਼ਿਸ਼ ਕਰ ਰਹੇ ਨੇ। ਗੁਰੂ ਸਵਾਰਿਓ, ਸਾਨੂੰ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਇਹ ਭਰਮ ਹੈ ਸਾਡਾ ਕਿ ਆਹ ਪਾਣੀ ਪੀਣ ਨਾਲ ਕੁਝ ਹੋ ਜਾਏਗਾ, ਕੋਈ ਕਹਿੰਦਾ ਆਹ ਪਾਣੀ ਪੀਣ ਨਾਲ ਹੋ ਜਾਏਗਾ। ਅਸੀਂ ਕਈਆਂ ਗੁਰਦੁਆਰਿਆਂ 'ਚ ਜਾ ਕੇ ਦੇਖਿਆ ਵੀ ਅੰਦਰ ਗੁਰਦੁਆਰੇ ਦੇ ਵਿੱਚ ਨਾ ਸਵੇਰੇ ਭਾਈ ਬਾਹਰੋਂ ਟੂਟੀ ਤੋਂ ਨਲਕੇ ਤੋਂ ਬਾਲਟੀ ਭਰ ਕੇ ਇੱਕ ਘੜੇ 'ਚ ਪਾ ਦਿੰਦਾ, ਸਵੇਰੇ ਸਾਰਾ ਪਿੰਡ ਜਿਹੜਾ ਮੱਥਾ ਟੇਕਣ ਆਉਂਦਾ ਉੱਥੋਂ ਥੋੜ੍ਹਾ ਥੋੜ੍ਹਾ ਪਾ ਕੇ ਉਹ ਘਰ ਨੂੰ ਲਈ ਜਾਂਦੇ ਆ। ਅਸੀਂ ਪੁੱਛਿਆ ਵੀ ਇਹ ਕੀ ਕਰਦੇ, ਕਹਿੰਦੇ ਵੀ ਇਹ ਘਰੇ ਅੰਮ੍ਰਿਤ ਖੜਦੇ ਪੀਂਦੇ ਆ। ਅੱਛਾ, ਵੀ ਤੁਹਾਡੇ ਪਿੰਡ 'ਚੋਂ ਜਿਹੜੇ ਖੰਡੇ ਕੀ ਪਾਉਣ ਲਈ ਉਹ ਕਿੰਨੇ ਗਾ? ਕਹਿੰਦੇ ਜੀ ਉਹਨਾਂ ਦੀ ਗਿਣਤੀ ਘੱਟ ਆ, ਬਾਕੀਆਂ ਦੀ ਵੱਧ ਆ। ਅੱਛਾ, ਖੰਡੇ ਕੀ ਪੌਲ ਲੈਣ ਨੂੰ ਸਾਨੂੰ ਮਹਾਰਾਜ ਨੇ ਕਿਹਾ, ਉਹ ਲੈਣ ਨੂੰ ਤਿਆਰ ਨਹੀਂ। ਕੋਈ ਘੜੇ ਵਾਲਾ ਪੀ ਜਾਂਦਾ, ਕੋਈ ਉੱਥੋਂ ਪੀ ਜਾਂਦਾ, ਕੋਈ ਉੱਥੋਂ ਪੀ ਜਾਂਦਾ,
ਪਤਾ ਨਹੀਂ ਕਿੰਨੇ ਕਮਰਤ ਆ ਹੁਣੇ ਭਾਈ ਸਾਹਿਬ ਤੁਹਾਡੇ ਨਾਲ ਵਿਚਾਰ ਸਾਂਝੇ ਕਰਦਿਆਂ ਬੋਲ ਰਹੇ ਸਨ, ਕਿਸੇ ਦਾ ਨਿਆਣਾ ਰੋਂਦਾ ਹੋਵੇ ਅਸੀਂ ਗੁਰਦੁਆਰੇ ਦੇ ਗ੍ਰੰਥੀ ਇਸ ਤਰ੍ਹਾਂ ਲਾਏ ਆ ਵੀ ਤੁਸੀਂ ਬਾਬਾ ਜੀ ਜਲ ਨੂੰ ਫੂਕ ਮਾਰ ਕੇ ਦੇ ਦਿਓ, ਉਹ ਪਾਣੀ ਨੂੰ ਗਲਾਸਾਂ ਨੂੰ ਫੂਕਾਂ ਮਾਰੀ ਜਾਂਦਾ, ਕੋਈ ਬੋਤਲ ਨੂੰ ਫੂਕਾਂ ਮਾਰੀ ਜਾਂਦਾ, ਇਹ ਦੁਕਾਨਾਂ ਖੁੱਲੀਆਂ ਨੇ ਸਾਡੇ ਆਲੇ ਦੁਆਲੇ, ਇਹਨਾਂ ਨਾਲ ਕੁਝ ਨਹੀਂ ਹੋਣਾ। ਜੇ ਇਹਨਾਂ ਚੀਜ਼ਾਂ ਨਾਲ ਕੁਝ ਹੁੰਦਾ ਹੋਵੇ ਤਾਂ ਗੁਰੂ ਸਵਾਰਿਓ ਜਿੰਨੀ ਜਿਹੜੀ ਕਿਸਾਨੀ ਅੱਜ ਬਰਬਾਦ ਹੋ ਰਹੀ ਹੈ ਬਰਬਾਦ ਨਾ ਹੁੰਦੀ। ਜੇ ਇਹਨਾਂ ਚੀਜ਼ਾਂ ਨਾਲ ਕੁਝ ਹੁੰਦਾ, ਜੇ ਕੋਈ ਛੱਟੇ ਮਾਰਨ ਨਾਲ, ਕੋਈ ਧਾਗਿਆਂ ਤਵੀਤਾਂ ਨਾਲ, ਕੋਈ ਨਾਰੀਅਲ ਸੁੱਟਣ ਨਾਲ, ਕੋਈ ਮਾਂਹ ਦੀ ਦਾਲ ਰੱਖਣ ਨਾਲ, ਜੇ ਆ ਟੂਣੇ ਟਾਮਣੇ ਇਸ ਤਰ੍ਹਾਂ ਦੇ ਕਰਨ ਨਾਲ ਕੁਝ ਹੁੰਦਾ ਹੋਵੇ ਤਾਂ ਫਿਰ ਪਾਕਿਸਤਾਨ ਦੇ ਬਾਰਡਰ 'ਤੇ ਫੌਜ ਕਿਉਂ ਲਾਈ? ਉੱਥੇ ਮਾਂਹ ਰੱਖਾਇਆ ਕਰੋ, ਨਾਰੀਅਲ ਰੱਖ ਆਉਣ, ਉੱਥੇ ਟੈਂਕ ਤੋਪਾਂ ਅਤੇ ਹੋਰ ਸਾਰਾ ਪ੍ਰਬੰਧ ਕੀਤਾ, ਕਿਉਂ ਇੰਨਾ ਪ੍ਰਬੰਧ ਕੀਤਾ? ਉੱਥੇ ਉਹ ਨਾਰੀਅਲ ਨਾਲ ਹੀ ਸਰ ਜਾਏਗਾ, ਧਾਗੇ ਬੰਨ ਆਉਣ ਤਾਰਾਂ ਨਾਲ, ਵੀ ਆ ਧਾਗੇ ਬੰਨ ਦਿੱਤੇ, ਹੁਣ ਨਹੀਂ ਕੋਈ ਅੱਗੇ ਆਏਗਾ। ਤਾਂ ਇਹ ਸਿਰਫ ਸਾਡੇ ਵਹਿਮ ਭਰਮ ਆ, ਇਹਨਾਂ ਗੱਲਾਂ ਦੇ ਉੱਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਆ। ਸੋ ਸਾਨੂੰ ਸਤਿਗੁਰੂ ਦੀ ਬਾਣੀ ਪੜ੍ਹਨ ਦੀ ਲੋੜ ਹੈ। ਮੇਰੀ ਅਖੀਰ 'ਚ ਬੇਨਤੀ ਹੈ, ਵਹਿਮਾਂ ਭਰਮਾਂ ਨੂੰ ਛੱਡਣ ਲਈ ਤਿਆਰ ਹੋਵੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਣੇ ਘਰਾਂ 'ਚ ਬੈਠ ਕੇ ਪੜ੍ਹਿਆ ਕਰੋ। ਸੋ ਗੁਰੂ ਸਵਾਰਿਓ, ਇਸ ਪ੍ਰੋਗਰਾਮ ਦੀ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ। ਆਸ ਕਰਦੇ ਹਾਂ ਜਿੰਨੀਆਂ ਕੁ ਵਿਚਾਰਾਂ ਅਸੀਂ ਆਪ ਜੀ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਆਪ ਜੀ ਇਹਨਾਂ 'ਤੇ ਗੌਰ ਕਰੋਗੇ, ਇਹਨਾਂ 'ਤੇ ਵਿਚਾਰ ਕਰੋਗੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪ ਪੜ੍ਹਨ ਦਾ ਹੀਆ ਕਰੋਗੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਘਰਾਂ 'ਚ ਅਰਥਾਂ ਵਾਲੇ ਟੀਕੇ ਰੱਖੋ, ਸਟੀਕਾਂ ਰੱਖੋ, ਜਿਹੜੀ ਤੁਹਾਨੂੰ ਬਾਣੀ ਦੀ ਤੁਕ ਤੁਸੀਂ ਪੜ੍ਹਦੇ ਹੋ ਉਹ ਸਮਝ ਨਹੀਂ ਆ ਰਹੀ, ਤੁਸੀਂ ਤੁਰੰਤ ਉਹ ਅਰਥ ਵੇਖ ਕੇ ਅਤੇ ਆਪਣੇ ਜੀਵਨ 'ਚ ਵੀ ਉਸ ਨੂੰ ਲਾਗੂ ਕਰਨ ਦਾ ਯਤਨ ਕਰੋ, ਤਾਂ ਕਿ ਸਾਨੂੰ ਬਾਣੀ ਸਮਝ ਆਵੇ, ਸਾਡੇ ਭੁਲੇਖੇ ਦੂਰ ਹੋਣ, ਗੁਰੂ ਨਾਲ ਨੇੜਤਾ ਵਧੇ। ਸੋ ਆਪ ਸਾਰੀ ਸੰਗਤ ਦਾ, ਪ੍ਰਬੰਧਕ ਵੀਰਾਂ ਦਾ, ਭਾਈ ਸਾਹਿਬ ਜੀ ਦਾ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ। ਤੁਸੀਂ ਸਮਾਂ ਕੱਢਿਆ, ਇਕਾਗਰਤਾ ਬਖਸ਼ੀ ਹੈ, ਪਿਆਰ ਨਾਲ ਬੈਠ ਕੇ ਸੁਣਿਆ ਹੈ, ਔਰ ਆਸ ਕਰਦੇ ਹਾਂ ਕਿ ਸਾਡਾ ਇਹ ਪਿਆਰ, ਸਾਡਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਜਿਹੜਾ ਸੰਬੰਧ, ਸਾਡਾ ਇਹ ਜੁੜ ਕੇ ਬੈਠਣਾ, ਸਾਡਾ ਇਹ ਨਿੱਘ ਇਸੇ ਤਰ੍ਹਾਂ ਹੀ ਪੰਥ ਦੇ ਪ੍ਰਤੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਬਣਿਆ ਰਹੇਗਾ, ਔਰ ਸਦਾ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਣ ਰਵਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਿਰ ਝੁਕਾਉਂਦੇ ਹਾਂ, ਤਮਾਮ ਬੁਰਾਈਆਂ ਗੰਦੀਆਂ ਆਦਤਾਂ ਆਪਣੇ ਜੀਵਨ 'ਚੋਂ ਕੱਢਣ ਦਾ ਯਤਨ ਕਰਾਂਗੇ। ਮੇਰੇ ਨੌਜਵਾਨ ਵੀਰ ਬੈਠੇ ਆ, ਉਹਨਾਂ ਨੂੰ ਬੇਨਤੀ ਆ, ਵੀਰੋ ਆਪਣੇ ਪਿੰਡ ਵਿੱਚੋਂ ਨਸ਼ਿਆਂ ਨੂੰ ਦੂਰ ਕਰਨ ਲਈ ਤੁਸੀਂ ਕੋਈ ਲਹਿਰ ਸਿਰਜੋ, ਤੁਸੀਂ ਆਪਸ ਵਿੱਚ ਕੋਈ ਇਸ ਤਰ੍ਹਾਂ ਮੋਢੇ ਨਾਲ ਮੋਢਾ ਜੋੜੋ, ਜਿਹੜੇ ਤੁਹਾਡੇ ਆਲੇ ਦੁਆਲੇ ਕੋਈ ਸਾਡੇ ਵੀਰ ਨੌਜਵਾਨ ਜਿਹੜੇ ਇਸ ਦਲਦਲ ਵਿੱਚ ਫਸੇ ਆ, ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰੀਏ। ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਇਕੱਲੀਆਂ ਗੋਲਕਾਂ ਤੱਕ ਸੀਮਤ ਨਾ ਹੋਵੋ, ਇਕੱਲਾ ਗੁਰਦੁਆਰੇ ਨੂੰ ਪੂਜਾ ਦਾ ਸਾਧਨ ਨਾ ਬਣਾਓ, ਸਗੋਂ ਗੁਰਦੁਆਰਿਆਂ ਨੂੰ ਸਹਿਯੋਗ ਦੇ ਕੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ, ਨਾਲ ਲੈਣਾ ਚਾਹੀਦਾ, ਪਿੰਡਾਂ ਦੀਆਂ ਪੰਚਾਇਤਾਂ ਨੂੰ ਇਸ ਪਾਸੇ ਤੁਰਨਾ ਚਾਹੀਦਾ। ਜਿਹੜਾ ਨਸ਼ਾ ਅੱਜ ਸਾਡੇ ਸਮਾਜ ਨੂੰ ਬਰਬਾਦ ਕਰ ਰਿਹਾ ਹੈ, ਗੁਰੂ ਸਵਾਰਿਓ ਇਹ ਬੜਾ ਆਉਣ ਵਾਲਾ ਸਮਾਂ ਭਿਆਨਕ ਹੈ, ਇਹ ਤੋਂ ਬਚਣ ਲਈ ਸਾਨੂੰ ਅੱਜ ਹੀ ਯਤਨ ਕਰਨੇ ਪੈਣਗੇ, ਨਹੀਂ ਤਾਂ ਆਉਣ ਵਾਲਾ ਜਿਹੜਾ ਹਾਲਾਤ, ਆਉਣ ਵਾਲਾ ਸਮਾਂ ਹੈ ਉਹ ਇਸ ਤੋਂ ਵੀ ਬਹੁਤ ਬਦਤਰ ਹੋਏਗਾ। ਸਤਿਗੁਰੂ ਕਿਰਪਾ ਕਰਨ, ਆਸ ਕਰਦਾ ਅਸੀਂ ਇਹਨਾਂ ਸਾਰੀਆਂ ਗੱਲਾਂ ਵੱਲ ਧਿਆਨ ਦੇਵਾਂਗੇ। ਫੁੱਲਾਂ ਚੁੱਕਾਂ ਦੀ ਖਿਮਾ ਜੀ, ਇੱਕ ਵਾਰੀ ਅਖੀਰ 'ਤੇ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।